ਮਾਦੀਏ ਮਿੱਠੀਏ ਮੋਰਨੀਏ, ਦਿਲ ਕਿਹੜੇ ਗੱਭਰੂ ਨੂੰ ਦੇਣਾ। ਮੋਰਨੀ ਮੇਰੀ ਗੱਲ ਸੁਣ ਲਾ ਹੁਣ, ਆ ਛੋਟੀ ਛੋਟੀ ਚੀਜ਼ਾਂ ਦਾ ਨਾ ਧਿਆਨ ਰੱਖੀਦਾ ਹੁੰਦਾ, ਇਹਦੇ ਨਾਲ ਹੀ ਨਾ ਬੰਦਾ ਸੋਹਣੇ ਤੋਂ ਬਹੁਤ ਸੋਹਣਾ ਹੋ ਜਾਂਦਾ। ਠੀਕ ਹੈ ਯਾਰ, ਵੈਸੇ ਹੈਗਾ ਮੈਂ ਧਿਆਨ ਰੱਖਣ ਨੂੰ, ਪਰ ਫੇਰ ਵੀ ਆ ਲਈ ਫਿਰਦਾ ਆਪਣੀ ਮੋਰਨੀ। ਕੀ 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 ਹੋਇਆ, ਕੀ ਹੋਇਆ ਭਾਈ, ਕੰਮ ਧੰਦਾ ਕੁਛ ਹੈ ਤੁਹਾਨੂੰ? ਹਾਂ, ਇਹ ਤਾਂ ਪਹਿਲਾਂ ਵੀ ਆਹੀ ਕੰਮ ਸੀ। ਇਹ ਤੋਂ ਇਲਾਵਾ ਪਤਾ ਨਹੀਂ, ਇਹੀ ਠੀਕ ਹੈ। ਸਕੂਲ 'ਚ ਵੀ ਆਸ਼ਕੀ, ਇੱਥੇ ਵੀ ਆਸ਼ਕੀ, ਮੈਡਮਾਂ ਤਾਂ ਛੱਡ ਦੇ ਰਹੇ। ਠੀਕ ਹੈ, ਸ਼ਰਮ ਨਹੀਂ ਆ, ਇਹਨੂੰ ਸ਼ਰਮ ਨਹੀਂ ਆਉਂਦੀ ਯਾਰ। ਮੇਰਾ ਇਸ਼ਕ ਹਕੀਕੀ ਹੈ, ਮਜਾਜੀ ਨਹੀਂ। ਕਿੰਨੀ ਵਾਰੀ ਹੋਇਆ ਇਹ? ਜਿੰਨੀ ਮਰਜ਼ੀ ਵਾਰੀ ਹੋਇਆ, ਹਰ ਵਾਰੀ ਹਕੀਕੀ ਹੋ ਜਾਂਦਾ। ਹੁਣ ਮੈਂ ਘਰੇ ਦੱਸ ਮਾੜਾ ਜਿਹਾ, ਦੱਸ ਦੇ ਸਾਡੇ ਵਰਗਿਆਂ ਦਾ ਦਿਲ ਤੋੜ ਦਿਆ ਕਰ, ਬਸ ਐਂਡ 'ਚ ਆ ਕੇ ਹੋਰ ਕੋਈ ਚੱਕਰ ਨਹੀਂ ਆ। ਦਿਲ ਤੋੜਨ ਵਾਲੀ ਹੈ ਤੈਨੂੰ, ਜੇਲ ਹੋ ਜਾਵੇ ਨਹੀਂ ਤੂੰ ਹੋਣ ਵਾਲੇ ਪੇਪਰਾਂ 'ਚ ਫੇਲ ਹੋ ਜਾਵੇਂ, ਫੇਲ ਹੋ ਤੂੰ। ਹੈਲੋ, ਮੈਂ ਨਾ ਪੇਪਰਾਂ 'ਚੋਂ ਪਾਸ ਹੋ ਗਈ ਆ, ਅੰਗਰੇਜ਼ੀ ਵਾਲੀ ਮੈਡਮ ਬਣੀ ਆ। ਅੰਗਰੇਜ਼ੀ ਵਾਲੀ ਮੈਡਮ? ਪੰਜਾਬੀ 'ਚ ਦੱਸ ਰਹੀ ਆ ਅੰਗਰੇਜ਼ੀ? ਤੇ ਫਿਰ ਕੀ ਹੋਇਆ, ਦੱਸਤੇ ਰਹੀ ਆ ਨਾ। ਤੂੰ ਬੜੀ ਸਾਈਡ ਲੈ ਰਿਹਾ, ਤੇ ਕਿਉਂ ਨਾ ਲਵਾਂ ਤੇ ਉਹਦੇ ਨਾਲ ਗਾਲਾਂ ਕਰ ਤੂੰ ਗਾਣੇ? ਗਾਲਾਂ ਦਾ ਗੋਟ ਸੀ ਐਂਡ ਸਟੈਂਡ ਦੇਅਰ, ਸਟੈਂਡ ਏ ਅਸਿਟ ਐਂਡ ਸਟੈਂਡ ਦੇਅਰ, ਜੋ ਵੀ ਲੈਣਾ ਚਾਹੁੰਦਾ। ਬਹਿ ਜਾ ਯਾਰ, ਤੂੰ ਉਹਦੇ ਇਸ਼ਾਰਿਆਂ ਤੋਂ ਨੱਚੀ ਜਾਂਦਾ, ਤੈਨੂੰ ਸ਼ਰਮ ਆਣੀ ਚਾਹੀਦੀ। ਸ਼ਰਮ ਨੂੰ ਹੱਥ ਮਾਰ ਮਾੜਾ ਮੋਟਾ। ਮੈਨੂੰ ਪਤਾ ਹੈ ਤੁਹਾਨੂੰ ਸਾਰੇ ਜਣੇ ਜਾਣਦੇ ਹੈਗੇ ਆ, ਪਰ ਮੇਰੀ ਕਲਾਸ ਦੇ ਵਿੱਚ ਤੁਸੀਂ ਪਹਿਲੀ ਵਾਰੀ ਆਏ ਆ। ਹਾਂਜੀ, ਐਂਡ ਯੂ ਵੈਰੀ ਲੌਂਗ ਸਟੂਡੈਂਟ। ਇਹ ਆਉਂਦਾ ਰਿਹਾ ਪਹਿਲਾਂ ਮੈਨੂੰ ਲੱਗਦਾ, ਉਹ ਗੱਲ ਵੱਜ ਗਿਆ, ਗੱਲ ਬਾਅਦ ਚ ਕਰਾਂਗੇ। ਠੀਕ, ਹੈਲੋ, ਯੂ ਵੈਰੀ ਲੌਂਗ ਸਟੂਡੈਂਟ? ਵੈਰੀ ਵੈਰੀ। ਹਾਂ, ਟੈਲ ਅਬਾਊਟ ਯੂਰਸੈਲਫ ਫਸਟ। 6 ਫੁੱਟ, ਜੋ ਸਵਾਲ ਪੁੱਛੋਗੇ ਦੱਸੂਗਾ ਨਾ ਮੈਂ। ਠੀਕ ਹੈ, ਪਰ ਟੈਲ ਅਬਾਊਟ, ਥੋੜਾ ਵਧੀਆ ਦੱਸੋ। ਯੂਰਸੈਲਫ, ਮੋਰ ਯੂਰਸੈਲਫ, I am 200 crore. ਚਲੋ, ਇਹ ਫਰਮ ਹੈ 10 crore, 10 crore private limited dot. ਹਾਂਜੀ, ਬਾ ਬਹੁਤ ਹੈ। ਐਂਡ ਮੀਡੀਅਮ ਹਾਈਟ, ਟੈਲ ਅਬਾਊਟ ਮੀਡੀਅਮ ਹਾਈਟ? ਬਸ 5'7.5". ਯੂ ਮੋਰ ਦੈਨ ਐਨੀਥਿੰਗ ਐਲਸ? ਨੋ, ਨਥਿੰਗ, ਸੁਖ ਰੋਡ, ਮੈਂਬਰ ਆਫ ਸੁਖ ਰੋਡ ਫਰਮ। And you? You? ਜ਼ਿਆਦਾ smiling student, tell about yourself. ਕਿਆ ਲਾਫ ਦੇ ਵਿੱਚ ਆ ਗਈ, ਲਾਫ ਸਿੰਘ, ਲਾਫ ਸਿੰਘ। ਯਾਰ ਪਿਛਲੀ ਵਾਰੀ ਮੇਰੇ ਵੱਲ ਨਹੀਂ ਸੀਗੀ, ਤੇ ਫਿਰ ਕੀ ਹੋਇਆ ਯਾਰ, ਹੁਣ ਬਦਲ ਹੀ ਜਾਂਦਾ ਯਾਰ ਮੌਸਮ, ਬਦਲ ਗਿਆ ਮੌਸਮ। Let me wait for ਪਹਿਲਾ ਪਹਿਲਾ। ਹਾਂਜੀ, ਮੇਰਾ ਤਾਂ ਪਤਾ ਹੀ ਹੈ ਤੁਹਾਨੂੰ, ਮੈਂ ਟਾਕ ਇਨ ਇੰਗਲਿਸ਼, ਤੇਰੇ ਦਿਲ ਦੀ ਰਮਜ ਪੰਜਾਬੀ ਚ ਸਮਝਦੀ ਆ। ਯੂ نو ਈਚ ਐਂਡ ਐਵਰੀਥਿੰਗ ਅਬਾਊਟ ਮੀ। ਓਏ, ਉਹ ਸਹੀ ਬੋਲ ਰਿਹਾ, ਤਾੜੀਆਂ ਮਾਰ ਰਿਹਾ ਤੁੰਗਾ। ਹੀ ਇਜ਼ ਰਾਈਟ ਨਾਓ, ਹੀ ਇਜ਼ ਰਾਈਟ ਨਾਓ। ਥੈਂਕ ਯੂ, ਤੂੰ ਸਿਖਾ ਇਹਨੂੰ। ਤੇ ਅੱਜ ਮੇਰੀ ਕਲਾਸ ਦੇ ਵਿੱਚ ਆਏ ਨੇ ਮੀਨਸ ਦਾ ਲੈਂਡਰ ਪ੍ਰਾਈਵੇਟ ਲਿਮਟਿਡ, ਦਾ ਲੈਂਡਰਸ। ਤੇ ਤੁਹਾਡਾ ਸਾਰਿਆਂ ਦਾ ਵੀ ਸਵਾਗਤ ਹੈ ਜੀ, ਕ੍ਰੈਮਿਕਾ ਪ੍ਰੈਜ਼ੈਂਟਸ ਸ਼ੌਂਕਣ ਫਿਲਮਾਂ ਦੇ ਵਿੱਚ। ਕਲਾਸ ਤਾੜੀਆਂ ਵਜਾ ਕੇ ਬਹੁਤ ਵਧੀਆ ਕੰਮ ਕਰਦੇ ਆ ਨਾ ਤੁਸੀਂ, ਆਪਸ ਵਿੱਚ ਤਿੰਨੋਂ ਮਿੱਤਰ ਪਿਆਰੇ ਹੈਗੇ ਹੀ ਹੋ। ਥੈਂਕ ਯੂ, ਹੈਨਾ। ਹਾਂਜੀ, ਤੇ ਇੰਡਸਟਰੀ ਵਿੱਚ ਤੁਹਾਡੇ ਤਿੰਨਾਂ ਤੋਂ ਇਲਾਵਾ ਤੁਹਾਡੇ ਹੋਰ ਇਹੋ ਜਿਹੇ ਕਿਹੜੇ ਤਿੰਨ ਮਿੱਤਰ ਪਿਆਰੇ ਨੇ ਜਿਹੜਾ ਤੁਹਾਡਾ ਫੋਨ ਪਹਿਲੀਆਂ 3 ਘੰਟਿਆਂ ਦੇ ਵਿੱਚ ਹੀ ਚੁੱਕ ਲੈਂਦੇ ਨੇ? ਆਪਸ 'ਚ ਨਹੀਂ ਚੱਕਦੇ ਅਸੀਂ, ਕਿਸੇ ਨਾ ਕਿਸੇ ਨਾਲ ਹੀ ਚੱਕਦੇ ਆ ਸਾਡੇ ਆਪਸ 'ਚ। ਤੇ ਹੋਰ ਅੱਜ ਕੱਲ੍ਹ WhatsApp ਚੱਲਦਾ ਨਾ, ਗਰੁੱਪ 'ਚ ਮੈਸੇਜ ਕਰ ਦਿਓ, ਪੜ੍ਹ ਲੈ ਪੜ੍ਹ ਲੈ, ਕੌਣ ਗੱਲ ਕਰੇਗਾ। ਚਲੋ, ਉਹ ਤਾਂ ਤੁਹਾਡੀ ਆਪਸ ਦੀ ਜੋ ਵੀ ਹੈਗੀ ਆ, ਮਤਲਬ ਗੱਲ ਕਰਨ ਵਾਲਾ ਹੋਵੇ ਨਾ ਕੋਈ ਵਧੀਆ ਤਾਂ ਗੱਲ ਹੁੰਦੀ। ਆਲਵੇਜ਼ ਫਲਰਟਿੰਗ ਮੈਡਮ ਜੀ, ਤੁਸੀਂ ਸ਼ਰਮ ਨੂੰ ਹੱਥ ਮਾਰ ਰਹੇ ਹੋ। ਮੈਂ ਤਾਂ ਕੁਝ ਕਿਹਾ ਹੀ ਨਹੀਂ, ਤੁਸੀਂ ਹੱਸੇ ਜਾਂਦੇ ਹੋ ਉਹਨੂੰ। ਮੈਡਮ ਹੈ ਫਿਰ ਚੋਗਾ ਚ ਗਏ, ਉਮਰ ਮੰਗ ਰਹੇ ਅੱਜ ਕੱਲ੍ਹ, ਉਮਰਾਂ 'ਚ ਕੁਛ ਨਹੀਂ ਰੱਖਿਆ, ਮੈਂ ਤੇਰੀ ਹੈਲਪ ਕਰ ਰਿਹਾ, ਉਮਰ ਦੇ ਨਹੀਂ ਰਹੀ ਕੋਈ ਰਿਸ਼ਤਾ, ਤਾਂ ਦੇਖ ਕੀ ਕਹਿਣਗੇ ਲੋਕ ਮੈਡਮ। ਫਿਰ ਕੀ ਹੋ ਗਿਆ ਯਾਰ, ਹੋਏ ਆ, ਮੈਂ ਪਹਿਲਾਂ ਵੀ ਤੁਸੀਂ ਦੇਖੋ ਸਟੂਡੈਂਟ ਸਾਲ ਦਿਆ ਕਰਨਗੇ ਕਿਹੜਾ ਮੈਡਮ। ਹਾਂ, ਪਹਿਲੇ ਨਹੀਂ ਤਰੱਕੀ ਹੁੰਦੀ, ਪਰ ਇਸੇ ਬਹਾਨੇ ਜਾਇਆ ਤਾਂ ਕਰਨਗੇ ਹਨਾ ਬੱਚੇ ਸਕੂਲ ਵੀ। ਹਾਂ ਚੱਲ, ਹੋ ਸਕਦਾ ਰਿਸ਼ਤਾ ਹਨਾ। ਨਹੀਂ, ਅੱਜ ਕੱਲ੍ਹ ਇਹ ਸ਼ੁਰੂ ਹੋ ਗਿਆ, ਮੈਂ ਦੇਖਿਆ ਪੜ੍ਹਿਆ। ਕਿੱਥੇ ਦੇਖਿਆ ਤੂੰ? ਯੂਟਿਊਬ ਲੇਟੈਸਟ ਵਰਜ਼ਨ। ਹਾਂਜੀ, ਕੀ ਸੀ ਆਪਣਾ ਤੁਹਾਡਾ ਪੁਆਇੰਟ? ਯੈਸ ਯੈਸ ਮੈਮ। ਮਿੱਤਰ ਪਿਆਰੇ ਤੁਸੀਂ ਆਪਸ ਤਿੰਨ ਚਾਰ, ਇੰਡਸਟਰੀ ਦੇ ਵਿੱਚ ਹੋਰ ਤੁਹਾਡੇ ਤਿੰਨ ਕਿਹੜੇ ਮਿੱਤਰ ਪਿਆਰੇ ਨੇ ਜਿਹੜਾ ਤੁਹਾਡਾ ਫੋਨ ਪਹਿਲੀਆਂ 3 ਘੰਟਿਆਂ ਦੇ ਵਿੱਚ ਹੀ ਚੁੱਕ ਲੈਂਦੇ ਨੇ? ਅੱਛਾ, ਦੱਸਣਾ? ਹਾਂਜੀ ਦੱਸਣਾ, ਇਹ ਫਿਰ ਲਾਣਾ ਵੀ ਹੈ ਫੋਨ। ਅੱਛਾ, ਹਾਂਜੀ, ਸਪੀਕਰ ਆਨ ਕਰਕੇ। ਅੱਛਾ, ਤੇ ਜਿੰਨੇ ਪਹਿਲਾਂ 3 ਘੰਟਿਆਂ 'ਚ ਤੁਹਾਡਾ ਫੋਨ ਚੁੱਕ ਲਿਆ, ਹਾਂ ਉਹ ਜਿੱਤ ਗਿਆ। ਉਹ ਨਹੀਂ ਨਹੀਂ, ਉਹਨੂੰ ਤੁਸੀਂ ਆਈ ਲਵ ਯੂ 2 ਕਹਿ ਕੇ ਫੋਨ ਕੱਟ ਦੇਣਾ। ਠੀਕ ਹੈ, ਠੀਕ ਹੈ। ਜਿੰਨੇ ਫੋਨ ਨਹੀਂ ਚੁੱਕਿਆ, ਉਹ ਤੁਹਾਡੀ ਆਪਦੀ ਭਾਸ਼ਾ 'ਚ ਤੁਸੀਂ ਜੋ ਕਹਿ ਕੇ ਤਾਂ ਵੀ ਫੋਨ ਕੱਟ ਦੇਣਾ। ਹੈਗਾ ਆਪਣੇ ਇੱਥੇ ਵਲਕਰ ਅਲਾਊਡ ਵੀ, ਗਾਲਾਂ ਗੁਲਾਂ ਕੱਢ ਸਕਦੇ ਆ। ਅੱਜ ਮਤਲਬ ਕਿ ਟੀਵੀ ਤੇ ਬੇਇੱਜ਼ਤੀ ਹੋ ਗਈ ਆਪਣੀ।
ਲੱਗ ਰਿਹਾ ਮੈਨੂੰ ਲੱਗਦਾ ਕੋਈ ਤਿੰਨ ਵਾਲੇ ਤਾਂ ਕੋਈ ਨਹੀਂ ਚੱਕਦਾਗਾ ਇੱਕੋ ਮੈਂ ਤਾਂ ਇੱਕੋ ਦਿਸਦਾ ਪਿਆ ਜਿਹੜਾ ਚੱਕੂਗਾ ਦੇਖੋ ਤਾਂ ਮੰਮੀ ਵੀ ਨਹੀਂ ਚੱਕਦੇ ਹੁੰਦੇ ਪਤਾ ਨਹੀਂ ਲੱਗਦਾ ਉਹਨਾਂ ਨੂੰ ਮੰਮੀਆਂ ਤਾਂ ਤਿੰਨ ਫੋਨ ਤਿੰਨ ਚੱਕਦੀਆਂ ਐ ਤਿੰਨ ਬੈਲਾਂ ਯਾਰ ਇੱਕ ਤਾਂ ਅਗਲਾ ਤਿੰਨ ਬੈਲਾਂ ਚੱਕੇ ਹਾਂ ਉਪਰੋਂ ਲਵ ਯੂ 2 ਸੁਣੇ ਹਾਂ ਬੰਦਾ ਤਾਂ ਕਹੂਗਾ ਪਾਗਲ ਹੋ ਗਿਆ ਇਹ ਹਾਂ ਹੈ ਇਹ ਤਾਂ ਕੁੜੀਆਂ ਨੂੰ ਕਰ ਲੂਗਾ ਇਹ ਉਹ ਚੱਕ ਲੈਂਦੇ ਆ ਨਹੀਂ ਐ ਜਿੰਨੂੰ ਮਰਜ਼ੀ ਜਿੰਨੂੰ ਮਰਜ਼ੀ ਜਿੰਨੂੰ ਮਰਜ਼ੀ ਇੰਡਸਟਰੀ ਦਾ ਬੰਦਾ ਇੰਡਸਟਰੀ ਦਾ ਤੂੰ ਮੈਂ ਜੇਤੂ ਕਰਾਰ ਹੋ ਗਿਆ ਚਲੋ ਲਾਓ ਫੋਨ ਤੋਂ ਪਹਿਲਾਂ ਤਾਂ ਇੱਕ ਬੰਦੇ ਨੂੰ ਲਾ ਕੇ ਦੇਖਦੇ ਆ ਹਾਂ ਜਿਹੜਾ ਸਭ ਤੋਂ ਖਾਸ ਸਾਡਾ ਖਾਸ ਹੈ ਜੀ ਦੀਕਸ਼ਿਤ ਦਿਮਾਨ ਉਰਫ ਕਾਲਾ ਮਿਰਜ਼ਾ ਉਰਫ ਮਿਰਜ਼ਾ ਉਰਫ ਮਿਰਜ਼ਾ ਉਰਫ ਗੋਰਾ ਸੋ ਟਿਊਬਲੈਟ ਟਿਊਬਲੈਟ ਬਹੁਤ ਨਾਮ ਹੈ ਲੈਟਸ ਸੀ ਆ ਵੀ ਨਾ ਟੋਨੀ ਜੰਬਰ ਨਹੀਂ ਮਿਲਿੰਦਰਿਆ ਇੱਕੋ ਹੀ ਹੈ ਐ ਸੇਮ ਰਾਸ ਯਾਰ ਲਵ ਯੂ ਟੂ ਜਿੱਤ ਗਿਆ ਲਵ ਯੂ ਟੂ ਕਾਲੇ ਲਵ ਯੂ ਟੂ ਬਸ ਜਿੱਤ ਗਿਆ ਤੂੰ ਕਹਦੇ ਲਵ ਯੂ ਟੂ ਕਹਿੰਦੀ ਬੋਲੀ ਦਾ ਹੁੰਦਾ ਹੂੰ ਤੂੰ ਬੋਲਦਾ ਨਹੀਂ ਅੱਜ ਬੋਲੀ ਜਾਂਦਾ ਆ ਚੱਕ ਆਈ ਲਵ ਯੂ ਟੂ ਵੀ ਖਾਤਾ ਹੋ ਚਲੋ ਕੀ ਬਾਤ ਦੇਖਿਆ ਅੱਧੀ ਵੈਲ ਅੱਧੀ ਵੈਲ ਦੋ ਦੂ ਕੋਈ ਨਹੀਂ ਇੱਕੋ ਆ ਬਾਈ ਇੱਕ ਵਾਰੀ ਮਿਲਾ ਜਰਾ ਸੁੱਖੀ ਨੂੰ ਯਾਰ ਸੁੱਖੀ ਨੂੰ ਜਿੰਮੇ ਨੂੰ ਬੁਲਾਉਣਾ ਉੜ ਜੂਗਾ ਉਹ ਨਾਲੇ ਯਾਰ ਸੁੱਖੀ ਨੇ ਚੱਕਣਾ ਉਹਨੂੰ ਵੀ ਤਿੰਨ ਤਿੰਨ ਜਣਿਆਂ ਨੂੰ ਮਿਲਾਉਣਾ ਨਾ ਸੁੱਖੀ ਨੂੰ ਮਿਲਾਓ ਸੁੱਖੀ ਨੇ ਚੱਕਣਾ ਨਹੀਂ ਯਾਰ ਸਾਡਾ ਖਾਸ ਬੰਦਾ ਨਹੀਂ ਸਾਡਾ ਖਾਸ ਬੰਦਾ ਸੀਗਾ ਹੁਣ ਤੱਕ ਪਤਾ ਲੱਗ ਜੂਗਾ ਅੱਗੇ ਰਹਿਣਾ ਕਿ ਨਹੀਂ ਉਹਨੇ ਨਹੀਂ ਇਸ ਤੋਂ ਬਾਅਦ ਵਰਤਨੀ ਕਿ ਨਹੀਂ ਇਹਦਾ ਵਰਤਨੀ ਕਿ ਨਹੀਂ ਤਰਜਾ ਵਾਲਾ ਤੇ ਉਧਰਲੀ ਸਾਈਡ ਰਹਿੰਦਾ ਉਧਰ ਫਤਿਆ ਬਾਦ ਮੈਂ ਕਹੀ ਗਿਆ ਅੱਧੀ ਹੋਈ ਆ ਡੇਢ ਹੁਣ ਕਿਸੇ ਅਜੇ ਬੰਦੇ ਨੂੰ ਕਰੋ ਜਿਹੜਾ ਪਬਜੀ ਨਾਲ ਖੇਡਦਾ ਹੋਵੇ ਭਰਾ ਲਈ ਦਗਾ ਕਮਾਇਆ ਜਿਹੜੀ ਗੱਲ ਹੈਗੀ ਖੂਨ ਖੂਨ ਨੀ ਤੂੰ ਜ਼ਮੀਨ ਨੀ ਨਾ ਦਿੱਤੀ ਉਹਨੂੰ ਇਹਨਾਂ ਦਾ ਰੌਲਾ ਚੱਲਦਾ ਰੌਲਾ ਚੱਲਦਾ ਤਾਂ ਸ਼ਰੀਕੇ ਬਾਜ਼ੀ ਚਲੋ ਤੁਸੀਂ ਤਿੰਨ ਜਣਿਆਂ ਨੂੰ ਫੋਨ ਲਾਇਆ ਜੋ ਦੋ ਨੇ ਚੁੱਕ ਲਿਆ ਇੱਕ ਨੇ ਨਹੀਂ ਚੁੱਕਿਆ ਕੋਈ ਚੱਕਰ ਨਹੀਂ ਪਾਸਿੰਗ ਮਾਸਕ ਤਾਂ ਦੋਗੇ ਮੈਡਮ ਹਾਂਜੀ ਥੈਂਕ ਯੂ ਸੋ ਮਚ ਇਹ ਤੁਹਾਨੂੰ ਦਿੱਤੇ ਜਾਂਦੇ ਨੇ ਸ਼ੂਗਰ ਕਿਸੇ ਤੂੰ ਕੀ ਕਰਨਾ ਤੂੰ ਤਾਂ ਪਹਿਲਾਂ ਹੀ ਸ਼ੂਗਰ ਨਾਲ ਭਰਿਆ ਪਿਆ ਮੈਮ ਜੀ ਗਲਤ ਗੱਲ ਹੈ ਇਧਰ ਰੈੱਡ ਵੀ ਆਇਆ ਰੈੱਡ ਕਲਰ ਦਿੱਤਾ ਕੀ ਚੱਕਰ ਹੈ ਥੈਂਕ ਯੂ ਦੇਖੋ ਜੀਨ ਦੇ ਥੱਲੇ ਨਾ ਰੈੱਡ ਰੈੱਡ ਜਿਹਾ ਕੱਪੜਾ ਆ ਚਲੋ ਇਹ ਕਰਕੇ ਨਹੀਂ ਹੁੰਦਾ ਰੈੱਡ ਤੁਹਾਨੂੰ ਵੀ ਪਤਾ ਮੈਡਮ ਬਣਿਆ ਤੁਸੀਂ ਜਿਹਨੂੰ ਦਿਖਾਣਾ ਉਹਨੂੰ ਦਿਖ ਰਿਹਾ ਖੁੱਲ ਨੀ ਰਿਹਾ ਖੁੱਲਦਾ ਨੀ ਮੇਰਾ ਦੰਦਾਂ ਨਾਲ ਖੋਟਣਾ ਪੈਣਾ ਲੈ ਵੀਰ ਮੈਮ ਤੁਸੀਂ ਖਾਓਗੇ ਨਹੀਂ ਨਹੀਂ ਤੁਸੀਂ ਖਾਓ ਇਹਨਾਂ ਦੇ ਹੱਥੋਂ ਖਾ ਲਓ ਖਾ ਲਓ ਇਹਨਾਂ ਦੇ ਹੱਥੋਂ ਤੁਸੀਂ ਖਵਾ ਦਿਓ ਮਾੜਾ ਜਿਹਾ ਬਾਅਦ ਚ ਖਾ ਲਾਂਗੇ ਤਾਂ ਹੀ ਤਾਂ ਸਾਮ ਕੇ ਰੱਖਿਆ ਮੈਡਮ ਨਾਲ ਹੀ ਖਾ ਲਈ ਬਾਅਦ ਚ ਠੀਕ ਹੈ ਠੀਕ ਹੈ ਤੁਸੀਂ ਕਹਿੰਦੇ ਫਰੈਸ਼ ਆ ਫਰੈਸ਼ ਹੈ ਬਹੁਤ ਫਰੈਸ਼ ਹੈ ਫਰੈਸ਼ ਹੈ ਬਹੁਤ ਫਰੈਸ਼ ਹੈ ਬਹੁਤ ਫਰੈਸ਼ ਹੈ ਖੁਰਦੇ ਜਾ ਰਹੇ ਆ ਸਵਾਦ ਆ ਨਾ ਬਹੁਤ ਸਵਾਦ ਉਹ ਯਾਰ ਤੁਹਾਨੂੰ ਦੇਖ ਕੇ ਤਾਂ ਮੈਨੂੰ ਵੀ ਭੁੱਖ ਲੱਗ ਗਈ ਤਾਂ ਮੈਨੂੰ ਬਹੁਤ ਭੁੱਖ ਲੱਗਣ ਲੱਗ ਗਈ ਹੈ ਇੱਕ ਅੱਜ ਕੱਲ ਜਦ ਦੀ ਮੈਂ ਕੈਨੇਡਾ ਤੋਂ ਆਈ ਆ ਨਾ ਦੱਸ ਦੋ ਗੱਲਾਂ ਹੀ ਗੱਲਾਂ ਚ ਕੈਨੇਡਾ ਕੈਨੇਡਾ ਤੋਂ ਕੈਨੇਡਾ ਬੇਇੱਜ਼ਤੀ ਹੋਣ ਦੀ ਵੀਰ ਕੋਈ ਫਾਇਦਾ ਨਹੀਂ ਬਹੁਤ ਖਾਧਾ ਵੀ ਨੀ ਪਹਿਲਾਂ ਹੀ ਖਾਧਾ ਵੀ ਨੀ ਬਹੁਤ ਸਵਾਦ ਹੈ ਫਿਰ ਮੂੰਹ ਚ ਪਾਇਆ ਬਹੁਤ ਬਹੁਤ ਕੀ ਬਾਤ ਹੈ ਇਹ ਲਾਣਾ ਨੀ ਤੁਸੀਂ ਹੁਣ ਜਦ ਤੱਕ ਮੇਰੀ ਕਲਾਸ 'ਚ ਬੈਠੇ ਆ ਰਾਤ ਨੂੰ ਸੌਣ ਲੱਗੇ ਟੀ-ਸ਼ਰਟ ਲਾ ਕੇ ਫਿਰ ਲਾ ਲੈ ਫਿਰ ਲਾ ਲੈਣਾ ਅੰਦਰ ਬਸ ਪੱਕਾ ਜਿਹਾ ਡਾ ਲੈਣਾ ਇਹਨੇ ਅੰਦਰੋਂ ਸੂਈਆਂ ਮਰਾ ਕੇ ਨਾ ਹਾਂ ਪੂਰਾ ਪਿਆਰ ਇਹ ਕੀ ਕੀਤਾ ਤੁਸੀਂ ਤੋੜ ਕੇ ਦਿੱਤਾ ਗੁੱਸਾ ਗੁੱਸਾ ਆਇਆ ਵੀ ਕੋਈ ਗੱਲ ਨਹੀਂ ਪਿਛਲੀ ਵਾਰੀ ਧੋਖਾ ਦਿੱਤਾ ਨਾ ਅੱਛਾ ਹਾਂ ਚਲੋ ਜੀ ਅੱਗੇ ਚੱਲੋ ਤੁਸੀਂ ਇਹਨਾਂ ਦੀ ਪਰਵਾਹ ਨਾ ਕਰੋ ਚਲੋ ਹੁਣ ਨਾ ਆਪਾਂ ਖੇਡਾਂਗੇ ਕ੍ਰੇਜੀ ਬੀਟ ਤੇ ਕੁਛ ਲਾਈਨਾਂ ਜਾਂ ਕੁਛ ਗਾਣੇ
ਅੰਗਰੇਜ਼ੀ ਦੇ ਵਿੱਚ ਲਿਖੇ ਹੋਏ ਨੇ ਤੁਸੀਂ ਉਹਨਾਂ ਨੂੰ ਪੰਜਾਬੀ 'ਚ ਬੁੱਝਣਾ ਵੀ ਇਹ ਕਿਹੜੇ ਆ ਤੁਹਾਡੇ ਪਿਛਲੇ ਐਪੀਸੋਡ ਤੋਂ ਮੈਨੂੰ ਪਤਾ ਲੱਗ ਗਿਆ ਸੀ ਵੀ ਤੁਹਾਨੂੰ ਕਿੰਨੀ ਕਾਉਂਦੀ ਹੈ ਲੱਗ ਗਿਆ ਸੀ ਪਤਾ ਹੁਣ ਹੋਰ ਜ਼ਿਆਦਾ ਪਤਾ ਲੱਗ ਜਾਏਗਾ ਇਹ ਤਾਂ ਕੰਮ ਸੌਖਾ ਆ ਜੇ ਪੰਜਾਬੀ ਦੇ ਇੰਗਲਿਸ਼ 'ਚ ਕਰਨਾ ਤਾਂ ਫਿਰ ਕੰਮ ਔਖਾ ਹੋ ਜਾਣਾ ਜੀ ਅੱਛਾ ਹਾਂ ਬੁੱਝਣਾ ਆਪਾਂ ਇੰਗਲਿਸ਼ ਦੇ ਉਹਨੂੰ ਉਹਨੂੰ ਮਤਲਬ ਇੰਗਲਿਸ਼ ਕੀ ਔਖਾ ਯਾਰ ਹੈਲੋ ਯਾਰ ਮੈਮ ਤੁਸੀਂ ਕਰੋ ਪਲੀਜ਼ ਇਹਨਾਂ ਦਾ ਬ੍ਰਿਲੀਅੰਟ ਸਟੂਡੈਂਟ ਸ਼ਾਈਨਿੰਗ ਸਟੂਡੈਂਟ ਸ਼ਾਈਨਿੰਗ ਸਟੂਡੈਂਟ ਆਣ ਦੋ ਪਹਿਲਾਂ ਤੁਹਾਡੇ ਤੋਂ ਸ਼ੁਰੂ ਕਰਦੇ ਆ ਮੈਂ ਮਾਰਾਂਗਾ ਨਾ ਹੱਥਾਂ ਤੇ ਤੇਰੇ ਕਿੰਨਾ ਤੁਹਾਡੇ ਤੋਂ ਸ਼ੁਰੂ ਕਰਦੇ ਆ ਕਿੰਨਾ ਵਿਵਾਦਿਤ ਪਿਆਰ ਹੈ ਤੁਹਾਡਾ ਥੋੜੀ ਜਿਹੀ ਨੋਕ ਚੋਕ ਚੱਲਦੀ ਰਹਿਣੀ ਚਾਹੀਦੀ ਹੈ ਅੰਡੇ ਖੜਕਦੇ ਰਹਿਣ ਚਲੋ ਪਹਿਲਾਂ ਫਿਰ ਤੁਹਾਡੇ ਤੋਂ ਸ਼ੁਰੂ ਕਰਦੇ ਚਲੋ ਕਰੋ ਜੀ ਇਹਦੇ ਤੋਂ ਸ਼ੁਰੂ ਤੇ ਇਹਦੇ ਤੇ ਖਤਮ ਹੀ ਕਰ ਦਿਓ ਆਓ ਜੀ ਮੈਮ ਯੈਸ ਮੈਮ ਦੇਅਰ ਇਜ਼ ਟੀ ਵੇਅਰ ਇਜ਼ ਡੀਟੀ ਰੋਡ ਦੇਅਰ ਇਜ਼ ਟੀ ਵੇਅਰ ਇਜ਼ ਡੀਟੀ ਰੋਡ ਜਾ ਯਾਰ ਜੇ ਮਤਲਬ ਲੱਗਦਾ ਕਿਹੜਾ ਪਿਆਰ ਤੁਹਾਡਾ ਲੋ ਕਿਆ ਇੰਗਲਿਸ਼ ਨਾਲ ਪਿਆਰ ਦਾ ਕੀ ਲੈਣਾ ਦੇਣਾ ਇੱਥੋਂ ਕੀਤਾ ਜਾਂਦਾ ਡੂ ਨਾਟ ਡਿਸਟਰਬ ਹਿਮ ਓਏ ਦੇਅਰ ਇਜ਼ ਟੀ ਵੇਅਰ ਇਜ਼ ਜੀਟੀ ਰੋਡ ਅੱਛਾ ਹੱਥ ਕੜ ਕਰ ਦਿੰਦਾ ਨਾ ਆਂਦਾ ਮੈਂ ਦੇਅਰ ਇਜ਼ ਟੀ ਇਹਨਾਂ ਨੂੰ ਨਹੀਂ ਆਂਦਾ ਤਾਂ ਮੈਂ ਮੰਨ ਸਕਦੀ ਸੀ ਜੇ ਤੁਹਾਨੂੰ ਨਹੀਂ ਆਂਦਾ ਇਹ ਮੈਂ ਜਮਾ ਹੀ ਨਹੀਂ ਮੰਨ ਸਕਦੀ ਮੇਰਾ ਨਾ ਸਿਰ ਦੁਖ ਰਿਹਾ ਹੈਡ ਆਊਟ ਕਰਕੇ ਬਹਿ ਗਿਆ ਆਲੂ ਲਾ ਕੇ ਸਫੈਦੇ ਜੱਟ ਲੋ ਜੀਟੀ ਰੋਡ ਤੁਹਾਡੀ ਅੰਗਰੇਜ਼ੀ ਬਹੁਤ ਹਾਈ ਸੀਗੀ ਹੁਣ ਕਿੱਥੇ ਗਈ ਪੰਜਾਬੀ ਚ ਪੁੱਛ ਲੈਣਾ ਇਹ ਤੁਸੀਂ ਤੇ ਪੰਜਾਬੀ ਦੀ ਜਗ੍ਹਾ ਅੰਗਰੇਜ਼ੀ ਕਰਨੀ ਹੁੰਦੀ ਆਪਾਂ ਵੱਢ ਸੱਟਣੀ ਸੀ ਦੇਅਰ ਇਜ਼ ਟੀ ਵੇਅਰ ਇਜ਼ ਡੀਟੀ ਰੋਡ ਆ ਰਿਹਾ ਕੁਛ ਨਹੀਂ ਤਾਂ ਮੈਂ ਅਗਲੇ ਸਟੂਡੈਂਟ ਕੋ ਜਾਵਾਂ ਮੈਮ ਮੇਰੇ ਬੰਦੇ ਦਾ ਪਿਆਰ ਤੁਸੀਂ ਇਹਨੂੰ ਦੇ ਦਿਓ ਵੀਰ ਨੂੰ ਆਂਦਾ ਯਾਰ ਜਵਾਬ ਮੈਂ ਹੱਥ ਕਰ ਰਿਹਾ ਇਹਨੂੰ ਦੇ ਦਿਓ ਯਾਰ ਤੁਸੀਂ ਦੱਸੋ ਜਿੱਥੇ ਚਾਹ ਉੱਥੇ ਰਾ ਇਹ ਕਿਹੜਾ ਗਾਣਾ ਭਲਾ ਗਾਣਾ ਨਹੀਂ ਇਹ ਕੋਈ ਲਾਈਨਾਂ ਨੇ ਮੈਂ ਤੁਹਾਨੂੰ ਕਿਹਾ ਵੀ ਕੁਝ ਲਾਈਨਾਂ ਸੋਚੀ ਯਾਰ ਮੇਰੇ ਸਾਰੇ ਮੈਂ ਗਾਣਾ ਸੋਚੀ ਜਾਣਾ ਯਾਰ ਉਹ ਤੁਹਾਡੀ ਤੁਸੀਂ ਗਲਤ ਸੋਚ ਰਹੇ ਆ ਤੁਹਾਡੀ ਸੋਚ ਹੀ ਗਲਤ ਹੈ ਦਿਲ ਹਜੇ ਵੀ ਪਹਿਲਾਂ ਵਾਲੀ ਮਿਲਦੇ ਆ ਮੈਂ ਕੀ ਦੱਸੂ ਮੈਂ ਯੂ ਆਰ ਰੋਂਗ ਹੇਅਰ ਨਹੀਂ ਸੱਚੀ ਮੈਨੂੰ ਮੈਂ ਸਾਰੇ ਸਿੰਗਰ ਕੋ ਮੇਰੇ ਮੇਰੇ ਜੀਟੀ ਰੋਡ ਤੇ ਦਵਾਈਆਂ ਪਾ ਕੇ ਯਾਰਾ ਟਰੱਕ ਤਾਂ ਆਇਆ ਨਹੀਂ ਕਿਤੇ ਹੋਰ ਇਹਨਾਂ ਨੂੰ ਕੋ ਲੈਟ ਇਟ ਬੀ ਗੋ ਜਿੱਥੇ ਚਾਹ ਉੱਥੇ ਰਾ ਲੈ ਯਾਰ ਪਹਿਲਾਂ ਦੱਸਣਾ ਸੀ ਹੁਣ ਦੇਖੀ ਸਾਰੇ ਮੈਥੋਂ ਪੁੱਛ ਲਓ ਭਾਵੇਂ ਅਗਲਾ ਵੀ ਉੱਥੇ ਪੁੱਛ ਲਓ ਦੇਖੋ ਥੋੜੀ ਵਾਰੀ ਯੂਅਰ ਟਰਨ ਵਿਦ ਦਿਸ ਸਟਰੀਟ ਦੇ ਹੋ ਗਏ ਐਕਸੀਡੈਂਟ ਸਟੈਂਡ ਗਿਆ ਆਰਮ ਮਾਈ ਫੜ ਕੇ ਵਾਟਰ ਵਾਟਰ ਹੋ ਗਈ ਫਰੈਂਡਾ ਤੱਕ ਤੱਕ ਹਾਰਟ ਮਾਈ ਬੀਟਿੰਗ ਲੈ ਵਾਟਰ ਵਾਟਰ ਦੀ ਪਤਾ ਲੱਗ ਗਿਆ ਵਿੱਚ ਗਲੀ ਦੇ ਹੋ ਕੇ ਟੱਕਰੇ ਖੜ ਕੇ ਬਾਹੂ ਫੜ ਕੇ ਪਾਣੀ ਪਾਣੀ ਹੋ ਗਈ ਮਿੱਤਰਾ ਬਾਈ ਦਾ ਪਾਣੀ ਪਾਣੀ ਹੋ ਗਈ ਮਿੱਤਰਾ ਤੱਕ ਤੱਕ ਸੀਨਾ ਤੜਕੇ ਭੱਜ ਜਾਵੇ ਮਿੱਤਰਾ ਟਕੂਏ ਤੇ ਟਕੂਆ ਖੜ ਕੇ ਕੀ ਬਾਤ ਹੈ ਸੋ ਮੇਰੀ ਮਰਾਦ ਸੁਖ ਰੋਡ ਦਾ ਪ੍ਰਾਈਵੇਟ ਲਿਮਿਟਡ ਦਾ ਦਾ ਮੈਂ ਆਪਣੀ ਫਰਮ ਭੁੱਲ ਗਈ ਸੀ ਦਾ ਸੁਖ ਰੋਡ ਆ ਜੀ ਦਰਥ ਇਜ਼ ਮੇਡ ਆਫ ਕਾਪਰ ਬਟ ਆਈ ਐਮ ਗਰਲ ਆਫ ਗੋਲਡ ਓਏ ਦੱਸ ਚਾਰ ਆ ਚਾ ਕਿੱਥੇ ਰਾ ਲਿਆਵਾਂ ਚਾ ਦੁਬਾਰਾ ਬੋਲੇ ਕੁੰਡ ਦਰਥ ਇਜ਼ ਮੇਡ ਆਫ ਕਾਪਰ ਬਟ ਆਈ ਐਮ ਗਰਲ ਆਫ ਗੋਲਡ ਜੇ ਤੂੰ ਇਹ ਸਹੀ ਜਵਾਬ ਦੇਤਾ ਨਾ ਤੈਨੂੰ ਆ ਦੇ ਦੇਣਾ ਉਹ ਆਇਆ ਮੈਂ ਨਾ ਪਿੱਤਲ ਦੀ ਡੋਲ ਮੈਂ ਸੋਨੇ ਦੀ ਕਿਹੜੀ ਡੋਲ ਕਿਹੜੀ ਡੋਲ ਪਹਿਲਾਂ ਕੀ ਬੋਲਿਆ ਤੁਸੀਂ ਦ ਗਰਲ ਕੁੜੀ ਦੁਨੀਆ ਪਿੱਤਲ ਦੀ ਡੋਲ ਨਾ ਸੋਨੇ ਮੈਂ ਇਹ ਦੁਨੀਆ ਦੀ ਇਹ ਦੁਨੀਆ ਪਿੱਤਲ ਦੀ ਬੇਬੀ ਡੋਲ ਯਾਰ ਨਾ ਸ਼ੱਕਰ ਪਾਣੀ ਖਾ ਰਹੇ ਯਾਰ ਵੀਰ ਮੇਰੇ ਬੜੇ ਬੜੇ ਬੈਡ ਸਟੂਡੈਂਟ ਆ ਤੁਸੀਂ ਆਮ ਸੌਰੀ ਯਾਰ ਤੁਹਾਨੂੰ ਮੈਂ ਸੌਰੀ ਮੈਮ ਤੇ ਦਿਲੋਂ ਸੌਰੀ ਤੁਸੀਂ ਜਿਹੜੇ ਪਾੜ ਕੇ ਸੁੱਟੇ ਨਾ ਉੱਤੋਂ ਦੀ ਮੈਂ ਸਾਂਭ ਕੇ ਰੱਖਿਆ ਘਰੇ ਆਏ ਖਾਣਾ ਰਾਤ ਨੂੰ ਦੁੱਧ ਦੁੱਧ ਨਾਲ ਤੂੰ ਅਨਸਰ ਦੱਸ ਤੇਰਾ ਬੈਡ ਉਹ ਇਹ ਦੁਨੀਆ ਦੁਨੀਆ ਪਿੱਤਲ ਦੀ ਬੇਬੀ ਡੋਲ ਮੈਂ ਸੋਨੇ ਦੀ ਮੈਂ ਤਾਂ ਬੋਲੇ ਨਹੀਂ ਸੀ ਇਹ ਬੇਬੀ ਤਾਂ ਕੁਝ ਹੋਰ ਬੋਲਦੇ ਸੀ ਵਿੱਚ ਬੇਬੀ ਡੋਲ ਤਾਂ ਬੋਲਿਆ ਹੀ ਨਹੀਂ ਬੇਬੀ ਡੋਲ ਨਹੀਂ ਡੋਲ ਤਾਂ ਬੋਲਿਆ ਯਾਰ ਬੇਬੀ ਨਹੀਂ ਬੋਲਿਆ ਵੈਸੇ ਵੀ ਮੈਂ ਸਹੀ ਹੋਣਾ ਬੇਬੀ ਤਾਂ ਤੁਹਾਨੂੰ ਵੈਸੇ ਦਿਨ ਚ ਕਿੰਨੀ ਆ ਕਹਿ ਨਹੀਂ ਹੁੰਦਾ ਸੀ ਉਹ ਤਾਂ ਤੁਸੀਂ ਪੱਲਿਓਂ ਲਾ ਲਓ ਤੁਹਾਡੀ ਵਾਰੀ ਫੇਰ ਚਲੋ ਦੇਖਦੇ ਹੁਣ ਪਿਆਰ ਪਾਕਟ ਇਜ਼ ਐਮਟੀ ਐਂਡ ਸ਼ਾਊਟ ਫੇਅਰ ਫੇਅਰ ਪੱਲੇ ਨਾ ਤੇਲਾ ਕਰਦੀ ਮੇਲਾ ਮੇਲਾ ਹੀ ਕੁਛ ਵਾਰੀ ਉਹਨਾਂ ਦੀ ਸੀ ਨਾ ਕੋਈ ਨਹੀਂ ਬੋਲੇਗਾ ਉਹਨਾਂ ਦੀ ਵਾਰੀ ਕੋਈ ਨਹੀਂ ਬੋਲੇਗਾ ਮੈਂ ਵੀ ਆਨਸਰ ਦੇ ਸਕਦਾ ਨਹੀਂ ਦੇ ਸਕਦਾ ਯਾ ਬੰਸਰ ਚਲੋ ਜੀ The lady horsey has a red ribbon. The lady horsey? Has a red ribbon. Horsey ਤਾਂ ਘੋੜੀ ਹੋ ਗਈ। ਹਾਂ। ਬੜਾ ਬੋਲੇ ਸੀ ਨਾ ਬੋਲੋ ਆਪਣੇ ਵਾਲੀ। ਓ ਯਾਰ। ਬੋਲੋ ਨਾ। ਕੁਝ ਹੈਲਪ ਕਰ ਦੇ ਯਾਰ। ਦਿਖਾ ਦੇ। ਉਹ ਕਰਦਾ ਮੈਂ ਨਹੀਂ ਹੋਣਾ। ਥੋੜਾ ਜਿਹਾ ਦਿਖਾ ਦੇ। ਨਾ। Lady horsey red ribbon.
The lady horsey has a red ribbon. Has a red ribbon. Lal kodi de jalebi juda. Lal ribbon. Lal ribbon. Tau haar gaya. Parandi ta ni? Ribbon parandi. Ribbon parandi hundi hai. ਨਹੀਂ ਚਲੋ ਜੇ ਹੁਣ ਲਾਉਣੀ ਆ ਆਪਾਂ ਕੁਛ ਤਾਂ ਲਾਵਾਂਗੇ ਕੁਛ ਤਾਂ ਲਾਵਾਂਗੇ ਲਾਓ ਜੋ ਮਰਜ਼ੀ ਲਾਓ ਐਜ਼ ਅ ਰੈੱਡ ਰਿਬਨ ਮੈਂ ਮੇਰੇ ਪਿਛਲੇ ਵਾਲੇ ਮਾਰਕਸ ਮੈਨੂੰ ਦੇ ਦਿਓ ਇਹ ਮੈਨੂੰ ਨਹੀਂ ਚਾਹੀਦੇ ਮੈਨੂੰ ਕੋਰਬੀ ਵਾਲਾ ਗਾਣਾ ਸ਼ਾਇਦ ਮੈਨੂੰ ਉਹ ਲਾਲ ਪਰਾਂਦਾ ਕੀ ਆ ਉਹ ਕਾਗੇ ਦੇਖੀ ਕਿਦੋਂ ਮੈਨੂੰ ਯਾਦ ਨਹੀਂ ਆ ਰਿਹਾ ਜੁੱਤੀ ਪਟਿਆਲੇ ਦੀ ਆ ਲਾਹੌਰ ਦੀਆਂ ਵਾਲੀ ਨਹੀਂ ਆ ਪਟਿਆਲੇ ਦੀ ਹੋਰ ਸੀ ਕੀ ਹੋ ਗਿਆ ਵੀਰੇ ਦੱਸ ਨਹੀਂ ਆ ਪਟਿਆਲੇ ਦੀ ਹੋਰ ਸੀ ਨਹੀਂ ਆਈ ਹਾਂ ਤੁਹਾਨੂੰ ਆਂਦਾ ਮੈਮ ਮੈਨੂੰ ਨਹੀਂ ਆ ਰਿਹਾ ਜ਼ਿਆਦਾ ਸਮਾਈਲਿੰਗ ਸਟੂਡੈਂਟ आ रहे हैं इसको इसके वाला नहीं आता था ये मेरा कहां से जवाब देगा कोई गल नहीं इंग्लिश बोलना हिंदी आ रही है अंग्रेजी की क्लास है वो मैम मैं सॉरी मैं करता तो इंग्लिश नहीं आ रही ना वो हिंदी बोलने लग जाता ये वीर जी नहीं एक और और ट्राई मार ले यार भाई आंदा है ए दे दे किस चीज की इंग्लिश की द हॉर्सी द लेडी हॉर्सी एंड द लेडी हॉर्सी हैज अ रेड रिबन ਨਹੀਂ ਆਉਣਾ ਜੀ ਭਾਈ ਕਿਉਂ ਬੁੱਢੀ ਕੋੜੀ ਲਾਲ ਲਗਾਮ ਓਹੋ ਹੋ ਬੜੇ ਇੰਟੈਲੀਜੈਂਟ ਕਦੇ ਨਹੀਂ ਆਉਣਾ ਸੀ ਇਹ ਕਦੇ ਨਹੀਂ ਸੀ ਆਉਣਾ ਇਹ ਕਭੀ ਨਹੀਂ ਥਾ ਨਾ ਬੁੱਢੀ ਕੋੜੀ ਇੰਗਲਿਸ਼ ਮੇਂ ਬਾਤ ਕਰੋ ਪਲੀਜ਼ ਤੁਹਾਡੀ ਵਾਰੀ ਥੈਂਕ ਯੂ ਹੈਂਡ ਡੂ ਨਾਟ ਰੀਚ ਐਂਡ ਸੇ ਆ ਥੂ ਮੈਮ ਇਹ ਥੂ ਦੁਬਾਰਾ ਕਰਨਾ ਬੜਾ ਅੱਛੀ ਲੱਗੀ 5 ਰੁਪਏ ਦਾ ਥੂ ਕਰਦਾ ਕੀ ਥਾ ਅੰਗਰੇਜ਼ੀ ਜਾਂ ਪੰਜਾਬੀ ਓਕੇ ਜ਼ਿਆਦਾ ਅੰਗਰੇਜ਼ੀ ਵਾਟ ਵਾਸ ਥਾ ਐਂਡ ਥੂ It's Athu. Okay. Full sentence. Athu. Hand do not reach and say Athu. Sir nahi pahuncha. Hand mere. Hand a head. Hand a head. Hand. Hand tera hilya lagda mujhe. Ha. Aage kisi tha Athu. Athu. Nahi pata lagna bhai. Bhai. Madam no bhai. ਮੈਡਮ ਜੀ ਭਾਈ ਤੁਹਾਡੇ ਤੈਨੂੰ ਸਾਰੇ ਕੋਈ ਦਿਖਦੇ ਆ ਭਾਜੀ ਵੀ ਦਿਖ ਰਹੇ ਭਾਜੀ ਵੀ ਦਿਖ ਰਹੇ ਵੱਡੇ ਭਾਜੀ ਕੀ ਬਣ ਤੁਹਾਡੇ ਤੇ ਨੂੰ ਭੈਣ ਜੀ ਹੋ ਜੇ ਭੈਣ ਜੀ ਤੂੰ ਕਰ ਹੀ ਦਿੱਤਾ ਚਲੋ ਭੈਣ ਜੀ ਤੇ ਬਣਾਈ ਦਿੱਤੀ ਚਲੋ ਨਹੀਂ ਜੀ ਪਤਾ ਨਹੀਂ ਲੱਗੇ ਹੱਥ ਨਾ ਪਹੁੰਚੇ ਥੂ ਕੋੜੀ ਹੱਥ ਨਾ ਪਹੁੰਚੇ ਮੈਂ ਤਾਂ ਆ ਥੂ ਵੀ ਕਰ ਦਿੱਤਾ ਸੀ ਨਹੀਂ ਪਤਾ ਲੱਗਣਾ ਆਪਣੀ ਪੰਜਾਬੀ ਮਾਂ ਬੋਲੀ ਬਹੁਤ ਖਤਰੇ ਚ ਹੈ ਸੱਭਿਆਚਾਰ ਖਰਾਬ ਹੁੰਦਾ ਜਾ ਰਿਹਾ ਆਪਾਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਆ ਜੀ ਮੈਡਮ ਨੂੰ ਬਾਹਰ ਕੱਢਣਾ ਚਾਹੀਦਾ ਯੂ ਤਿੰਨੋ ਫੇਲ In my class. Why? I gave one answer. Yeah, I gave one, two. He gave. Man, bada normal jahi. But turn is mine. Why your turn is always again and again? No love, Vire. Love is limited. No love. Love is empty now. Empty now. And I just gave you 3 sugar kisses. No, only 1 sugar kiss. You got dished. Please. No one piece. No. Take from here. No. Do ji do ma'am. Thank you so much. Chalo theek hai koi chakkar nahi. I will give you also a sugar kisse. Thank you. Thank you. Le phada bhi de. Oh di ki load si. Chalo ji. Go ji. Le jan lag raha. Kehte theek hai. Lala yaar bahut smart ma'am acha lag raha hai. Yaar chup kar. Do not disturb again and again in my class. Yeah. Okay, ma'am. Yes, now ma'am. I'll give you homework. Yes. पंजाब का इतिहास तथा संस्कृति ये आप पढ़ो ये आपकी आंखों से पढ़ लेगा कोई नहीं he will always read my eyes. लंबा क्वेश्चन What is this in book? ਖੋਲ ਲੋ ਕਿਤਾਬਾਂ ਉਹਨਾਂ ਨੇ ਛੋਟੀ ਵੀ ਹੋਣਾ ਕੁਛ ਚਲੋ ਖੋਲ ਲੋ ਯਾਰ ਦੇਖੋ ਮੇਰੇ ਉੱਧਰ ਚਲੀ ਜਾ ਚੱਲ ਓਏ ਓਏ ਮੈਂ ਨਹੀਂ ਪੜਨਾ ਯਾਰ ਓ ਮੈਂ ਨਹੀਂ ਪੜਨਾ ਯਾਰ ਮੈਂ ਸੱਚੀ ਕਹਿ ਰਿਹਾ want to see main nahi padhna yaar oye yaar please show all people your photographs dil nahi karda mainu camera tommy diyan ji satsikal main kade kade na photo nal hi gallan karn laa janda mainu aa lag raha samne baithe hoye chal chal ji what girls yeah theek hai sunu bajwa ji 3 hours guys ma'am Ma'am, you love me na? Hum sundar lag rahe ki nahi? Bahut sone lag rahe hain. Bro, very beautiful. You both are very beautiful. Ji aunde ho? Please yaar bhai yaar. Oh yaar, kya pata sone lag rahe hain. ਮੈਂ ਜੀ ਤੁਹਾਡੇ ਇੱਕ ਦਿਓਰ ਇੱਕ ਜੇਠ ਹੈ ਤੋ ਟੀਚਰਾਂ ਦਾ ਬੰਦੇ ਜੇਠ ਥੋੜਾ ਲੱਗਦਾ ਮੈਨੂੰ ਓਕੇ ਪਤਾ ਕੀ ਚੱਕਰ ਹੈ ਮੈਂ ਕਰਾਉਣਾ ਇਹਨਾਂ ਨਾਲ ਵਿਆਹ ਅੱਛਾ ਤੇ ਉਹਦੇ ਵਾਸਤੇ ਮੈਨੂੰ ਪੜਨਾ ਬਹੁਤ ਹੋ ਗਿਆ ਤੂੰ ਸੋਚ ਲੈ ਨਾ ਬਸ ਹੋ ਗਿਆ ਸੋਚਾ ਫਿਰ ਸੋਚੇ ਸੋਚਣਾ ਹੋਵੇ ਜੇ ਸੋਚੇ ਲੱਖ ਵਾਰ ਸੋਚੇ ਹੀ ਹੈ ਬਸ ਚਲੋ
ਇਹਨਾਂ ਦੇ ਬਾਰੇ ਨਾ ਤੁਸੀਂ ਅੰਗਰੇਜ਼ੀ ਦੇ ਵਿੱਚ ਆਪਦੀਆਂ ਫੀਲਿੰਗਸ ਨੂੰ ਦਰਸਾਉਣਾ ਆ ਦਰਸ਼ਕਾਂ ਦੇ ਸਾਹਮਣੇ। ਮਤਲਬ ਆਪਸ ਚ ਗੱਲ ਕਰ ਸਕਦਾ ਕਿ ਨਹੀਂ ਇਦਾਂ? ਜਿੱਦਾਂ ਮਰਜ਼ੀ ਜੀ, ਜਿੰਨਾ ਦੀ ਜੋ ਕਹਿਣਾ ਚਾਹੁੰਦੇ ਇਹਨਾਂ ਬਾਰੇ ਚ ਕਹਿਣਾ ਜੀ ਅੰਗਰੇਜ਼ੀ ਦੇ ਵਿੱਚ। ਓਕੇ ਓਏ ਹੋਏ, ਮੈਂਡੀ ਟੱਕਰ ਜੀ, ਸ਼ੀ ਇਜ਼ ਲਾਈਫ। ਫੋਟੋ ਇਦਾਂ ਨੂੰ ਕਰ ਦਾ ਐਂਡ ਦਾ ਐਂਡ ਸ਼ੀ ਇਜ਼ ਲਾਈਫ ਐਂਡ ਸ਼ੀ ਇਜ਼ ਆਲਸੋ ਲਾਫਿੰਗ। ਓਕੇ ਐਂਡ ਸ਼ੀ ਇਜ਼ ਫੁੱਲ ਪੈਕੇਜ, ਸ਼ੀ ਇਜ਼ ਕਿਊਟ, ਹਰ ਪੰਜਾਬੀ ਇਜ਼ ਵੈਰੀ ਵੈਰੀ ਕਿਊਟ। ਅਰੇ ਉਹਦਾ ਨੂੰ ਦੱਸੋ ਨਾ, ਉਹ ਵੀ ਦੇਖ ਲੈਣ ਕੀ ਸੱਚੀ। ਸ਼ੀ ਇਜ਼ ਮਾਈ ਲਾਈਫ, ਸ਼ੀ ਇਜ਼ ਮੈਂਡੀ, ਸ਼ੀ ਇਜ਼ ਮਾਈ ਲਾਈਫ ਐਂਡ ਸ਼ੀ ਇਜ਼ ਮੈਂਡੀ ਐਂਡ ਸ਼ੀ ਇਜ਼ ਲਾਈਫ ਲਾਈਫ ਐਂਡ ਲਾਈਫ ਲਾਈਫ ਮੈਂਡੀ ਦਾ ਐਂਡ ਇਟ ਬਸ ਇਹੀ ਹੈ। ਹੋਲ ਲਾਈਫ ਯੋਰ ਲਾਈਫ ਮਾਈ ਟੇਕ ਮਾਈ ਹੋਲ ਲਾਈਫ। ਥੈਂਕ ਯੂ। ਚਲੋ ਮੈਂ ਸ਼ੁਰੂ ਕਰਾਂ। ਹਾਂਜੀ ਤੁਸੀਂ ਬੋਲੋ। ਸ਼ੀ ਇਜ਼ ਵੈਰੀ ਕਿਊਟ, ਬੜਾ ਗੰਦਾ ਜਿਹਾ ਕਿਊਟ ਯਾਰ, ਅਗਲੇ ਨੂੰ ਵਧੀਆ ਲੱਗਦਾ। ਚਲੋ ਸ਼ੀ ਇਜ਼ ਵੈਰੀ ਕਿਊਟ, ਗੁੱਡ ਐਕਟਰ ਤੇ ਐਕਟਰੈਸ। ਇਟਸ ਓਕੇ, ਚੱਲਦਾ ਫੇਰ ਹੋਈ ਗੱਲ ਬ੍ਰੋ, ਚੱਲਦਾ ਆ ਬ੍ਰੋ, ਚੱਲਦਾ ਆ। ਇਹ ਟੀਚਰਾਂ ਆ ਮੈਮ ਯਾਰ। ਓਕੇ ਪਲੀਜ਼, ਮੈਂ ਮੇਰਾ ਨਾਮ ਬਹੁਤ ਸ਼ਟ ਕਰ। ਓਕੇ ਓਕੇ, ਸ਼ੀ ਇਜ਼ ਵੈਰੀ ਕਿਊਟ, ਟੂ ਵੈਰੀ ਕਿਊਟ। ਚਲੋ ਸ਼ੀ ਇਜ਼ ਵੈਰੀ ਕਿਊਟ, ਤਿੰਨ ਵਾਰ ਸ਼ੀ ਇਜ਼ ਓਨਲੀ ਗੁੱਡ ਐਕਟਰ। ਗੁੱਡ ਐਕਟਰ another else? That's all my runner. My runner. Yeah, don't laugh, it's your turn. It's my turn now. Can I put this back in my book? My bag. Yeah, you, yeah, put my bag. Your love, your and love. No. ਯਾਰ ਹੁਣ ਇਹਦੇ ਨਾਲ ਕੁਝ ਸੋਹਣੀ ਮਿਲੂਗੀ, ਮੈਂ ਖੜਨਾ ਥੋੜੀ ਆ, ਬੇਇੱਜ਼ਤੀ ਹੋ ਗਈ। ਹਕੀਕੀ ਵਾਰ ਕਿੱਥੇ ਗਿਆ ਤੇਰਾ? We are going now. ਆ ਦੇਖੋ ਬ੍ਰਿਟਿਸ਼ ਲਿਖਿਆ ਨਾਲੇ ਹੈਗੇ ਵੀ ਇੰਗਲੈਂਡ ਤੋਂ, ਆਪਾਂ ਉਹ ਕਰ ਲਾਂਗੇ ਐਕਸਟਰਾ ਮੈਰਿਟਲ ਅਫੇਅਰ। ਓਕੇ ਸਟਾਪ, ਨਾਓ ਯੂਅਰ ਟਰਨ। ਸ਼ੀ ਇਜ਼ ਸੋਨਮ ਬਾਜਵਾ, ਯਾ ਐਵਰੀਬਾਡੀ ਨੋਜ਼ ਹਰ। ਸ਼ੀ ਇਜ਼ ਦ ਮੋਸਟ ਸੈਕਸੀਐਸਟ ਐਕਟ੍ਰੈਸ ਇਨ ਪੰਜਾਬੀ ਇੰਡਸਟਰੀ। ਕੀ ਕਹਿ ਗਿਆ ਹੈ? The truth is truth. Yeah, yeah. ਕੋਈ ਗੱਲ ਨਹੀਂ ਸਰ, ਮਿਹਨਤ ਕੀਤੀ ਹੋਈ ਹੈ ਨਾ? ਬਿਲਕੁਲ ਬਿਲਕੁਲ ਭਾਜੀ। I like her Punjabi very much because she looks cute when she speak in Punjabi. Okay. ਠੀਕ ਹੈ, ਸੁਣੋ। Done. ਮੁੱਕ ਗਈ। ਮੁੱਕ ਗਈ ਓਨਲੀ। ਬਸ। Done. ਕੀ ਕਰੀਏ? ਸਾਂਭ ਕੇ ਰੱਖਿਓ ਪਲੀਜ਼ ਮੈਮ। ਦੇ ਦਿਓ ਵਾਪਸ। ਲਓ ਜੀ। ਤੇਰੇ ਕੋ ਮਾਰਕਸ ਨਹੀਂ ਮਿਲਣਗੇ। ਚਲੋ ਜੀ। ਮਾਂ ਦੀ ਏ ਮਿੱਠੀ ਏ ਮੋਰਨੀ ਏ, ਦਿਲ ਕਿਹੜੇ ਗੱਭਰੂ ਨੂੰ ਦੇਣਾ। ਮਾਂ ਦੀ ਏ ਮਿੱਠੀ ਏ ਮੋਰਨੀ ਏ, ਦਿਲ ਕਿਹੜੇ ਗੱਭਰੂ ਨੂੰ ਦੇਣਾ। ਤੈਨੂੰ ਦੇਣਾ। ਮੈਡਮ ਜੀ, ਮੈਨੂੰ ਇਹਦੀ ਅੰਗਰੇਜ਼ੀ ਬਣਾ ਦਿਓ ਪਲੀਜ਼। ਪਲੀਜ਼ ਮੈਮ। ਕੀ ਸੀਗਾ? ਮਾਂ ਦੀ ਸਵੀਟੈਸਟ ਮੋਰਨੀ ਏ। ਓਏ ਤੂੰ ਦੱਸੀ ਹੋ ਜਾਣਾ ਕਿ ਉਹਦਾ ਮੈਡਮ ਨੂੰ ਨਾ ਆਂਦਾ ਹੋਵੇ। ਓਕੇ, ਨਹੀਂ ਮੈਡਮ ਬਣਾ ਦਿਓ। ਮਾਂ ਦੀ ਮਿੱਠੀਏ ਮੋਰਨੀ ਹੈ, ਇਹਨੇ ਇਹਨੇ ਬਣਾਓ ਪਹਿਲਾਂ। ਮਦਰ ਸਵੀਟੀ, ਸਵੀਟੈਸਟ ਪੀਕੌਕੀ। ਵੈਰੀ ਗੁੱਡ, ਕੀ ਬਾਤ ਹੈ। ਮਾਂ ਦੀ ਮਿੱਠੀ ਮੋਰਨੀ, ਦਿਲ ਕਿਹੜੇ ਗੱਭਰੂ ਨੂੰ ਦੇਣਾ। ਐਂਡ ਯੂ ਗੇਵ ਦਿਲ ਇਨ ਵਿੱਚ ਵਿੱਚ ਗੱਭਰੂ ਨੂੰ ਗਿਵ ਦਿਲ 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 ਪਾਗਲ ਹੈ, ਦਿਲ ਤਾਂ ਪਾਗਲ ਹੈ। ਨਹੀਂ ਨਹੀਂ, ਦਿਲ ਗਿਵ ਦਿਲ ਬਸ ਦੇਤਾ, ਉਸ ਤੋਂ ਬਾਅਦ ਕੀ ਚੱਕਰ? ਕੀ ਬਾਤ ਹੈ ਜੀ, ਸਹੀ ਹੈ ਨਾ? ਕਮਾਲ ਆ ਜੀ ਬਾਬਾ, ਕਮਾਲ ਕਮਾਲ। ਇਹਦੇ ਤਾਂ ਹੀ ਸੱਤ ਬੈਂਡ ਆ ਗਏ। ਸਵਾਲ ਮੈਂ ਤੁਹਾਨੂੰ ਹੋਰ। ਹਾਂਜੀ, ਜਿਹੜਾ ਮੋਰਨੀ ਹੈ ਵਰਡ ਹੈ, ਆਹਾ ਮੋਰਨੀ ਹੈ ਨੂੰ ਜੇ ਆਪਾਂ ਇੰਗਲਿਸ਼ ਚ, ਅਸਲੀ ਚ, ਰੀਅਲ ਚ, ਇੰਗਲਿਸ਼ ਚ ਕੀ ਕਹਿੰਦੇ ਨੇ? ਜੇ ਮਾੜੀ ਮੋਟੀ ਪੜੀ ਇੰਗਲਿਸ਼ ਕਹਿੰਦੇ ਤੁਸੀਂ? ਉਹ ਮੈਡਮ ਨੇ ਬਹੁਤ ਪੜੀ ਹੈ ਯਾਰ। ਤੂੰ ਚੁੱਪ ਕਰੇਗਾ? ਦੱਸੋ ਦੱਸੋ ਛੇਤੀ। ਮੇਰਾ ਜਵਾਬ ਨਾ ਆਫਟਰ ਦਾ ਕਲਾਸ ਇਹ ਦੇ ਦੇਣਗੇ। ਚਲੋ ਮੈਂ ਸਾਰਿਆਂ ਨੂੰ ਪੁੱਛ ਲੈਂਦਾ, ਤੁਸੀਂ ਸਰਚ ਕਰੋ ਗੂਗਲ ਤੇ, ਤੁਹਾਨੂੰ ਨਵੀਂ ਚੀਜ਼ ਪਤਾ ਲੱਗੂਗੀ ਕਿ ਮੋਰਨੀਆਂ ਨੂੰ ਇੰਗਲਿਸ਼ ਚ ਕੀ ਕਹਿੰਦੇ ਨੇ। ਸਭ ਪੀਕੌਕ ਕਹਿਣਗੇ, ਇਹ ਗਲਤ ਜਵਾਬ ਹੈ। ਚਲੋ ਆ ਜਾਓ, ਪੀਕੌਕ ਤਾਂ ਨਹੀਂ ਹੁੰਦਾ, ਫੀਮੇਲ ਪੀਕੌਕ ਕਹਿ ਦਿੰਦੇ ਕਿ ਉਹ ਵੀ ਗਲਤ ਜਵਾਬ ਹੈ। ਸਰਚ ਕਰ ਲਿਓ, ਚਲੋ ਠੀਕ ਹੈ, ਥੋੜਾ ਜਿਹਾ ਕਲੈਰ। ਚਲੋ ਸਰਚ ਕਰ ਲਿਓ, ਦੱਸ ਦਿਓ ਇਹਨਾਂ ਨੂੰ ਜੀ, ਦੱਸ ਦਿਓ ਇਹਨਾਂ ਨੂੰ, ਦੱਸ ਦਿਓ ਜੀ ਮੈਮ, ਪਲੀਜ਼ ਆ ਜਾਈਏ ਪੁਆਇੰਟ ਤੇ। ਚਲੋ ਇਹ ਨਾ ਮੈਂ ਨਾ ਇਹਨਾਂ ਤੇ ਕੁਝ ਲਿਖਿਆ ਜੀ, ਇਸ ਲਿਖਿਆ ਤੇ ਠੀਕ ਹੈ ਜੀ, ਉਹ ਵਰਡ ਲਿਖੇ ਨੇ ਆਪਣੇ। ਅੱਛਾ, ਉਹ ਤੁਸੀਂ ਨਾ ਤੁਸੀਂ ਬੁੱਝਣਾ
ਇਹਨਾਂ ਨੂੰ ਦਿਖਾਣਾ ਇਹ ਉਸ ਉਹ ਵਰਡ ਨਹੀਂ ਬੋਲਣਗੇ ਉਹ ਵਰਡ ਦੇ ਨਾਲ ਰਲਦੇ ਮਿਲਦੇ ਹੋਰ ਬਹੁਤ ਸਾਰੇ ਵਰਡ ਬੋਲਣਗੇ ਬਸ ਤੁਸੀਂ ਉਹ ਵਰਡ ਨੂੰ ਬੁੱਝਣਾ ਹੈ ਕਿ ਉਹ ਐਗਜ਼ੈਕਟ ਲਿਖਿਆ ਕੀ ਹੋਇਆ ਸਮਝ ਗਏ ਜੀ ਇੰਗਲਿਸ਼ ਹੈ ਹਾਂਜੀ ਇੰਗਲਿਸ਼ ਪੰਜਾਬੀ ਮਿਕਸ ਅੰਡਰਸਟੈਂਡ ਯੂ نو ਅੰਗਰੇਜ਼ੀ ਪੰਜਾਬੀ ਸ਼ੀ ਇਜ਼ ਮਿਕਸੀ ਜੂਸਰ ਮਿਕਸੀ ਜੂਸਰ ਮਿਕਸੀ ਹਾਂਜੀ ਚਲੋ ਜਸਟ ਦੇਖਣੀ ਹੈ ਮੈਂ ਤਾਂ ਆਹ ਜੀ ਅਸਾਂ ਦੇਖਣੀ ਹੈ ਹੋਰ 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 ਓਏ ਅੱਛਾ ਮੁੰਨੇ ਚ ਆ ਜਰਾ ਇਹਨਾਂ ਨੂੰ ਵੀ ਦਿਖਾ ਦਿਓ ਨਾ ਲਿਖਿਆ ਕੀ ਤੁਸੀਂ ਵੀ ਦੱਸ ਦਿਓ ਮਾੜਾ ਜਿਹਾ ਠੀਕ ਹੈ ਨਾਲ ਦੇ ਤਾਂ ਲੋਲੇ ਜੇ ਨੇ ਇਹਨਾਂ ਨੂੰ ਕੀ ਪਤਾ ਆਹ ਕੀ ਬਾਤ ਹੈ ਚਲੋ ਚਲੋ ਹੁਣ ਪਤਾ ਲੱਗ ਗਿਆ ਇਹ ਕਦੇ ਵੀ ਤੈਨੂੰ ਮਾਲ 'ਚ ਨਹੀਂ ਮਿਲੂਗਾ ਖਾਣ ਵਾਲੀ ਚੀਜ਼ ਆ ਪਹਿਲੀ ਚੀਜ਼ ਖਾਣ ਵਾਲੀ ਚੀਜ਼ ਜੇ ਤੂੰ ਨਾ ਬੁੱਝੇ ਨਾ ਲਾਹਣ ਤੂੰ ਤੇਰੇ ਤੇ ਜਦੋਂ ਤੂੰ ਵਰਡ ਬੋਲਿਆ ਤੂੰ ਹੋ ਜਾਏਗਾ ਦੋ ਥੱਪੜ ਤੇਰੇ ਕੰਨ ਤੇ ਲੱਗ ਕਦੇ ਵੀ ਖਾਣ ਵਾਲੀ ਚੀਜ਼ ਹੈ ਵੈਜ ਹੈ ਕਿ ਨੋਨ ਵੈਜ ਮਾਲ 'ਚ ਨਹੀਂ ਮਿਲਦੀ ਇਟਸ ਵੈਜ ਜਿੱਥੇ ਆਪਾਂ ਟੋਲ ਪਲਾਜ਼ਾ ਤੇ ਜਾਂਦੇ ਆ ਨਾ ਹਾਂ ਟੋਲ ਪਲਾਜ਼ਾ ਤੇ ਬਹੁਤ ਬਹੁਤ ਜ਼ਿਆਦਾ ਮਿਲਦੀ ਆ ਉਹ ਠੀਕ ਹੈ ਜਿਹੜੇ ਸੈਟਾਂ ਤੇ ਹੁੰਦੇ ਨੇ ਮਰੁੰਡਾ They are not Lolas. They are my brothers. ਤੂੰ ਮਿਲਾ ਲਾ ਹੱਥ ਕਿ ਉਹਦੇ ਨਾਲ ਲਾ ਕੇ ਰੱਖਣਾ ਚਲ ਲੋ ਮਰੁੰਡਾ ਖਾਂਦੇ ਰਹੋ ਤੇ ਜ਼ਿੰਦਗੀ ਬਣਾਉਂਦੇ ਰਹੋ ਇਹ ਦੱਸਣ ਵਾਲਾ ਵੀ ਫਰਕ ਹੈ ਜਿਹਨੇ ਦੱਸਿਆ ਸਾਰਾ ਕੁਝ ਹਾਂ ਇਹ ਤੂੰ ਕੀ ਦੱਸ ਰਿਹਾ ਸੀ ਯੂ ਆਰ ਕਲੇਵਰ ਫੌਕਸ ਕੀ ਯੂ ਆਰ ਕਲੇਵਰ ਫੌਕਸ ਤੁਸੀਂ ਬੁੱਝ ਲੈਣਾ ਚਲ ਚਲ ਜੀ ਨੈਕਸਟ 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 ਚਲੋ ਅਗਲਾ ਬੈਗੀ ਦੀ ਵਾਰੀ ਆ ਹੁਣ ਤੁਹਾਡੀ ਵਾਰੀ ਹੈ ਤੁਸੀਂ ਨਹੀਂ ਦੇਖਣਾ ਇਹ ਦੋਨੋਂ ਤੁਹਾਨੂੰ ਦੱਸਣਗੇ ਆ ਜੋ ਜੀ ਆ ਜੋ ਪਹਿਲਾਂ ਇਹਨੂੰ ਫੜਾ ਦੋ ਸਿੱਧਾ ਐਂ ਹੀ ਫੜਾ ਦੋ ਦਿਖਾ ਦੋ ਫਿਰ ਪਹਿਲੇ ਉਧਰ ਦਿਖਾ ਦੋ ਕੈਮਰੇ ਲੀਜੀਏ ਲਿਓ ਕਹਿ ਰਹੇ ਲੀਜੀਏ ਨਹੀਂ ਪਤਾ ਮੇਰੇ ਵੀਰ ਦਾ ਬਰਥਡੇ ਇਹ ਭਾਜੀ ਦੇ ਤਾਇਆ ਜੀ ਲੱਗਦੇ ਨੇ ਅੰਡਰਟੇਕਰ ਜੀ ਅੰਡਰਟੇਕਰ ਕੀ ਬਾਤ ਹੈ ਐਂ ਹੈ ਭਈ ਇਹ ਵਧੀਆ ਸਮਝਾਉਂਦੇ ਨੇ ਇਹ ਤਾਂ ਗੱਲ ਹੈ ਕੀ ਬਾਤ ਹੈ ਯਾਰ ਮੈਂ ਜਿਹੜਾ ਸਮਝਾਉਂਦਾ ਦਿੱਤਾ ਮੇਰੇ ਬਰਥਡੇ ਵਾਲੇ ਦਿਨ ਬਰਥਡੇ ਹੁੰਦਾ ਦੇਖੋ ਨਹੀਂ ਉਹ ਨਹੀਂ ਸੀ ਮੈਨੂੰ ਪਤਾ ਨਹੀਂ ਸੀ ਪਤਾ ਫਿਰ ਅੰਡਰਟੇਕਰ ਰੈਸਲਿੰਗ ਤੋਂ ਸਿੱਧਾ ਮੈਨੂੰ ਪਤਾ ਹੀ ਇੰਨੇ ਸ਼ਰਾਰਤੀ ਬੱਚੇ ਚਲੋ ਯਾਰ ਥੈਂਕ ਯੂ ਚਲੋ ਮੈਡਮ ਉਹ ਡਾਇਲੌਗ ਬੋਲ ਦੋ ਨਾ ਇਹ ਜੋ ਪਪੂਲਰ ਹੁੰਦਾ ਸਾਰੇ ਮੈਡਮਾਂ ਦਾ ਵੀ ਇਹ ਕਲਾਸ ਸਕੂਲ ਦੀ ਸਭਸੇ ਸ਼ਰਾਰਤੀ ਕਲਾਸ ਹੈ ਪੰਜਾਬੀ ਚ ਜਾਂ ਅੰਗਰੇਜ਼ੀ ਚ ਬੋਲੋ ਉਹ ਮੈਡਮ ਦਾ ਇੱਕ ਪੈਟੜਾ ਵੀ ਹੁੰਦਾ ਜਿਹੜੀ ਹਰੇ ਕਲਾਸ ਜਾ ਕੇ ਬੜੀ ਸ਼ਰਾਰਤੀ ਕਲਾਸ ਮੈਂ ਸਾਰਾ ਕਲਾਸ ਆ ਪੜਾਉਂਦੀ ਆ ਆ ਤਿੰਨ ਸਭ ਤੋਂ ਜ਼ਿਆਦਾ ਨਲਾਇਕ ਓਏ ਤਿੰਨ ਨਲਾਇਕ ਤਿੰਨ ਨਲਾਇਕ ਆਪਦੇ ਵੱਲੋਂ ਹੀ ਪਾ ਲਏ ਸਟੂਡੈਂਟ ਨੇ ਜੇ ਤਿੰਨ ਦੀ ਜਗ੍ਹਾ ਦੋ ਹੋ ਜਾਣ ਜਗ੍ਹਾ ਦੋ ਹੋ ਜਾਣ ਚਲੋ ਨੈਕਸਟ ਨੈਕਸਟ ਹੁਣ ਇਹਨਾਂ ਨੇ ਬਹੁਤ ਵਧੀਆ ਸਮਝਾਇਆ ਜੇ ਤੁਸੀਂ ਇਹਨਾਂ ਨੂੰ ਵਧੀਆ ਨਾ ਨਾ ਸਮਝਾਇਆ ਫਿਰ ਇਹ ਪਾਗਲ ਯਾਰ ਦੱਸ ਦੋਗੇ ਯਾਰ ਮੈਨੂੰ ਵੀ ਕੁਝ ਦੇ ਦੋ ਯਾਰ ਕ੍ਰੈਡਿਟ ਮੈਂ ਬੁੱਝਿਆ ਵੀ ਤਾਂ ਸੀ ਪਹਿਲਾਂ ਹਾਂ ਲੈ ਲਓ ਮੈਂ ਪੜਾ ਯਾਰ ਆ ਦੇਖੋ ਯਾਰ ਉਹ ਨਹੀਂ ਨਹੀਂ ਉਹਨੇ ਪੜਨਾ ਵੀਰ ਤੂੰ ਥੋੜੀ ਪੜਦਾ ਉਹ ਹੁਣ ਪੜਨਾ ਵੀ ਤਾਂ ਉਹ ਪੜਾਉਗਾ ਵੀਰ ਨਹੀਂ ਉਹ ਹੀ ਪੜਾਣਗੇ ਨਾ ਇੱਕ ਮਿੰਟ ਇਹ दारू ਹੈ ਅੱਛਾ ਓਏ ਹੋਏ ਦੱਸ ਨਾਮ ਹੈ ਮਤਲਬ ਕੀ ਦੇਸੀ दारू ਹੈ ਦੇਸੀ दारू ਹੈ ਯਾਰ ਮਾਰਕ ਦੋ ਚੀਜ਼ਾਂ ਹੈ ਇਤਰਾ ਓ ਨਹੀਂ ਨਹੀਂ ਯਾਰ ਨਹੀਂ 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 ਯਾਰ ਦੋ ਚੀਜ਼ਾਂ ਹੁੰਦੀਆਂ ਹਾਂ ਦੋ ਚੀਜ਼ਾਂ ਨੇ ਉਹ ਤੁਸੀਂ ਗਲਤ ਵਾਲੀ ਫੜੀ ਹੈ ਇਹ ਪਿਆਰ ਚ ਪਾਗਲ ਕੀਤਾ ਮੈਨੂੰ ਪਿਆਰ ਕੀਤਾ ਦੱਸ ਰਿਹਾ ਨਹੀਂ ਪਤਾ ਲੱਗਿਆ ਮੰਨ ਲਓ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਜ਼ੋਰ ਇਹ ਮੰਨ ਲਓ ਮੈਨੂੰ ਪਤਾ ਹੀ ਨਹੀਂ ਦੇਖਣਾ ਹੈ ਮੈਂ ਐਕਟਿੰਗ ਨਹੀਂ ਸੋਹਣੀ ਕਰਦੇ ਸੀ ਹਾਂ दारू है ओला है गई नहीं हैगा गोला हैगा नहीं नहीं ये वाला नहीं है जेड़ा दस रहे है ओला है गई नहीं ओ है ही नहीं है लोलिया यार फिर ओनी मार का ओ नहीं सुनो ना मशरूम उगदे यार ओथे कटर नहीं कटर नहीं 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 जिथे यार सुख जांदे ना थोड़ा ओ एक गाना आया सी ना डैश ते फिरदे कसौंदे ओके ਡਰਾਈ ਡੈਸ਼ ਤੇ ਫਿਰਦੇ ਕਸੌਂਦੇ ਡਰਾਈ ਵੇਸਟ ਪਤਾ ਨਹੀਂ ਢਿੱਡ ਨਹੀਂ ਸੀਗਾ ਪਤਾ ਨਹੀਂ ਡਰਾਈ ਵੇਸਟ ਹੁੰਦਾ ਜਿਹੜਾ ਯਾਰ ਮਸ਼ਰੂਮ ਸੁੱਕ ਜਾਂਦੇ ਉੱਥੇ ਕਦੇ ਕਦੇ ਮਸ਼ਰੂਮ ਸੁੱਕ ਰੋੜੀ ਯਾ ਥਿਸ ਇਜ਼ ਦ ਰਾਈਟ ਆਨਸਰ ਥਿਸ ਇਜ਼ ਦ ਰਾਈਟ ਆਨਸਰ ਯੂ ਆਰ ਅ ਜੀਨੀਅਸ ਮੈਨ ਤੁਸੀਂ ਬੋਝਲੇ ਸੀਗੇ ਜਵਾਬ ਥੈਂਕ ਯੂ ਇਸ ਖੁਸ਼ੀ ਦੇ ਵਿੱਚ ਉਹ ਦੇਖ ਦੇਖੇ ਬਹੁਤ ਹੀ ਚੜਾ ਰਹੇ ਮੇਰਾ ਤਾਂ ਫੜਾ ਦੇ ਯਾਰ ਮੈਨੂੰ ਨਹੀਂ ਮੈਂ ਸਾਰੇ
ਮੋਰਨੀ ਬੈਠੀ ਆ ਕਿੱਥੇ ਬੈਠੀ ਆ ਆਪਸ ਚ ਸਲਾਹ ਕਰਕੇ ਨਾ ਜਿਹਨੇ ਕਰਨੀ ਲੈ ਜਾਓ ਕੁਛ ਕਰਨੇ ਆਪਣਾ ਠੀਕ ਹੈ ਚਲ ਕਰ ਲਈਏ ਫਿਰ ਪੈਚਅਪ ਕਰਾਏਗਾ ਹੁਣ ਤੂੰ ਆਪਣਾ ਹੁਣ ਨਹੀਂ ਦੇਣਾ ਵਿੱਚ ਬੈਠਾ ਹੀ ਚਲੋ ਯਾਰ ਦੇਖਿਆ ਕੀ ਬਾਤ ਹੈ ਯਾਰ ਬਿਨਾਂ ਬੋਲੇ ਇੰਨਾ ਕੁਛ ਕਹਿ ਜਾਣਾ ਇਹ ਤਾਂ ਕੋਈ ਲਿਰਿਸਿਸਟ ਹੀ ਕਰ ਸਕਦਾ ਜਵਾਬ ਸੋਚਿਆ ਹੋਇਆ ਸੀਗਾ ਮੋਰਨੀ ਆ ਸਿਰਫ ਪਿਟਾਰਾ ਟੀਵੀ ਦੀ ਚਲੋ ਜੋ ਹਰ ਸ਼ੁੱਕਰਵਾਰ ਸ਼ਾਮ ਨੂੰ 7:30 ਵਜੇ ਆਉਂਦੀ ਆ ਪਤਾ ਹੈ ਨਾ ਤੁਹਾਨੂੰ ਪਤਾ ਜੀ ਪਤਾ ਆ ਜਾਂਦੀ ਹੈ ਹਾਂਜੀ ਮੈਂ ਤਾਰੀਫ ਕਰਾਂ ਤੁਹਾਡੀ ਮੇਰਾ ਇੱਕੋਦਮ ਤਾਰੀਫ ਆਈ ਆ ਓਏ ਕਰਦੇ ਨਿਕਲ ਲਾ ਜਾਵੇ ਤੂੰ ਸੋਹਣੀ ਮੈਂ ਸੋਹਣਾ ਤੂੰ ਸੋਹਣੀ ਮੈਂ ਸੋਹਣਾ ਤੂੰ ਇੰਨੀ ਨਹੀਂ ਸੋਹਣੀ ਜਿੰਨਾ ਮੈਂ ਸੋਹਣਾ ਕੀ ਤਾਰੀਫ ਹੈ ਯੂ ਆਰ ਵੈਰੀ ਬਿਊਟੀਫੁਲ ਤੁਸੀਂ ਵੀ ਇਦਾਂ ਕਰੋਗੇ ਨਹੀਂ ਮੇਰੇ ਨਾਂ ਦਾ ਨਹੀਂ ਬਣਾਉਂਦੇ ਕਿਹੜਾ ਬਿਊਟੀਫੁਲ ਸੀ ਆਪੇ ਨਿਕਲ ਬਿਊਟੀ ਬਿਊਟੀ ਥੋੜਾ ਮੇਕਅਪ ਵੀ ਪਾਤਾ ਵਿੱਚ ਤੇ ਬਿਊਟੀਫੁਲ ਵੀ ਪਾਤਾ ਵਿੱਚ ਫਿਰ ਬਿਊਟੀਫੁਲ ਹੋ ਜਾਂਦਾ ਮੈਂ ਬਿਊਟੀਫੁਲ ਕਹਿਣਾ ਹੈ ਤੁਸੀਂ ਚਲੋ ਕੋਈ ਗੱਲ ਨਹੀਂ ਪਰ ਮੈਂ ਤਾਂ ਦੇਖੋ ਪਿਟਾਰਾ ਟੀਵੀ ਦੇ ਚਾਹੇ ਬਿਊਟੀਫੁਲ ਕਹੋ ਚਾਹੇ ਬਿਊਟੀਫੁਲ ਰਹੋ ਕਾਇ ਚ ਕੁਝ ਕੁਝ ਵੀ ਉਹ ਆ ਵਾ ਜੀ ਚਾਹੇ ਬਾਜਾ ਚਲੋ ਬਾਬਾ ਤੂੰ ਤਮ ਲੋਕ ਬੁਣ ਇੱਥੇ ਕਿ ਆਪਣੇ ਆਪ ਬੋਲਣ ਜਾ ਰਹੇ ਉਹ ਕਰੇ ਦਾ ਦਾ ਚਲੋ 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 ਦੋਰਾ ਹੱਸ ਕੇ ਲਾ ਮੜ ਹੱਸ ਕੇ ਹੱਸਦਾ ਮੈਂ ਜਦੋਂ ਕੋਈ ਗੱਲ ਹੋ ਗਈ ਤਾਂ ਹੱਸਣਗੇ ਕਿਉਂ ਮੈਂ ਉਦੋਂ ਜਿਹੜਾ ਉੱਪਰ ਜਾ ਕੇ ਫਿਰ ਥੱਲੇ ਨਹੀਂ ਮੜਾ ਹੱਸਦਾ ਮੈਂ ਕਿਤੇ ਨਹੀਂ ਆਇਆ ਕਿ ਤੁਹਾਡੇ ਹੱਸਾ ਹੀ ਤਾਂ ਆਇਆ ਤੁਹਾਡੇ ਕੋਲ ਹੋ ਰਿਹਾ ਕੀ ਹਾਸਾ ਨੀਰਾ ਪਤਾਸਾ ਨੀ ਮੂੰਹ ਵਿੱਚ ਖੁਰਦਾ ਜਾਵੇ ਖਿੱਚ ਕੇ ਕੋਰ ਸਾਲਿਓ ਓਏ ਚਲੋ ਮੈਂ ਸੋਚਿਆ ਸੀ ਤੁਹਾਨੂੰ ਕੁਝ ਦੇਣਾ ਆ ਦੋ ਜੀ ਦੇਖੋ ਪ੍ਰੀਤ ਜ਼ਹਿਰ ਨਹੀਂ ਮਾਣਾ ਦੇ ਕੁਝ ਵੀ ਲਿਆ ਮੈਮ ਉਹ ਰਿਜ਼ਲਟ ਆਣਾ ਤਾਂ ਕੀ ਬਣਾ ਹਮਾਰਾ ਉਹ ਰਿਜ਼ਲਟ ਤਾਂ ਬਹੁਤ ਬੁਰਾ ਆ ਗਿਆ ਆਪਕਾ ਕੁਝ ਤੋਂ ਰਿਪੋਰਟ ਕਰ ਰਿਹਾ ਹਾਂ ਰਿਪੋਰਟ ਕਾਰਡ ਵਿੱਚ ਕੁਝ ਤੋਂ ਚੱਲ ਤਾਂ ਆ ਗਿਆ ਵੈਰੀ ਪੂਰ ਰਿਜ਼ਲਟ ਪਰ ਛੱਡੋ ਆ ਤੁਸੀਂ ਮੇਰੀ ਕਲਾਸ 'ਚ ਪਹਿਲੇ ਵਾਰੀ ਆਈ ਆ ਆਈ ਇਸ ਚੱਕਰ ਦੇ ਵਿੱਚ ਤੁਹਾਨੂੰ ਦਿੱਤਾ ਜਾਂਦਾ ਜੀ ਕ੍ਰੈਮਿਕਾ ਵੱਲੋਂ ਗਿਫਟ ਹੈਂਪਰ ਥੈਂਕ ਯੂ ਵੈਰੀ ਮਚ ਕੀ ਬਾਤ ਹੈ ਇਹ ਛੁਆਰਾ ਲੱਗਿਆ ਨਾ ਵੀਰ ਨੂੰ ਟੋਕਰੇ ਆਈ ਨਾ ਆਈ Thank you. No, this is swag. You know, this is swag. Oh, mera phada di yaar main nahi onu ohde naal gall karni. Le bhra. Mera bhra ban ke le ek bhra da tu de reha na veer. Tu leke main le lena chahiye. Mere vallon hai. Theek hai ji. ਇਹ ਗੁੱਸੇ ਹੋ ਕੇ ਨਹੀਂ ਚਾਹੀਦਾ ਹੁੰਦਾ ਦੇਖੋ ਤੁਸੀਂ ਹੁਣ ਸ਼ੌਂਕਨ ਦੀ ਅੰਗਰੇਜ਼ੀ ਵਾਲੀ ਕਲਾਸ 'ਚ ਆਏ ਆਇਆ ਕਰੋਗੇ ਹੁਣ ਕਿੰਨਾ ਸਾਇਆ ਤੁਹਾਨੂੰ ਤੁਸੀਂ ਦੇਖੋ ਵੀ ਮੈਂ ਮੈਂਡੀ ਜੀ ਨੂੰ ਸਪੈਸ਼ਲ ਛੱਡ ਕੇ ਆਇਆ ਕਰੇ ਤੁਹਾਡੇ ਵਾਸਤੇ ਜਿਹੜਾ ਹੁਣ ਤੁਸੀਂ ਜਦੋਂ ਅਗਲਾ ਸੀਜ਼ਨ ਕਰਾਉਣਾ ਨਾ ਜੇ ਤੁਸੀਂ ਫਿਲਮਾਂ 'ਚ ਆ ਜਾਣਾ ਹਾਂ ਉਦੋਂ ਫਿਰ ਤੁਸੀਂ ਆਏ ਤੁਸੀਂ ਠੀਕ ਹੈ ਹਾਂ ਚੱਕਰ ਇਹ ਆ ਹੁਣ ਸਾਰਾ ਤੌਲੀਆ ਲਿਆ ਹੋਇਆ ਤਾਂ ਤੌਲੀਆ ਮਤਲਬ ਮੈਨੂੰ ਹੁਣ ਸੱਚੀ ਫਿਲਮਾਂ 'ਚ ਆਉਣਾ ਹੀ ਪੈਣਾ ਆਇਓ ਯਾਰ ਆ ਜਾਓ ਜਦੋਂ ਫਿਲਮਾਂ ਦੇਖਣੇ ਆ ਹੁਣ ਤਾਂ ਕਾਏ ਕਿਉਂ ਨਹੀਂ ਉਹ ਸਿਰਫ ਪਿਟਾਰਾ ਦੀ ਹੈ ਨਾ ਮੈਨੂੰ ਸੀਗਾ ਵੀ ਤੁਸੀਂ ਚਲੋ ਜੀ ਬਿਸਕੁਟ ਖਾਂਦੇ ਰਹੋ ਵਾਹ ਵਾਹ ਸਾਡਾ ਵੀ ਹਿੱਸਾ ਹੈ ਥੈਂਕ ਯੂ ਜੀ
ਤੇ ਹਾਂਜੀ ਜੇਕਰ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤੇ ਮਿਲਣਾ ਚਾਹੁੰਦੇ ਹੋ ਆਪਣੇ ਫੇਵਰਿਟ ਸਲੈਬਸ ਨੂੰ ਤੇ ਤੁਹਾਨੂੰ ਇੱਕ ਸਵਾਲ ਦਾ ਜਵਾਬ ਦੇਣਾ ਪੈਣਾ ਪਿਟਾਰਾ ਦੇ ਹੇਠਾਂ ਲਿਖੇ ਹੋਏ ਨੰਬਰ ਤੇ ਉਹ ਸਵਾਲ ਇਹ ਹੈ ਕਿ ਮੋਰਨੀ ਹੈ ਗਾਣੇ ਦੇ ਵਿੱਚ ਅਖੀਰ 'ਚ ਮੋਰਨੀ ਕਿਹਦੀ ਹੁੰਦੀ ਆ ਬੜਾ ਹੀ ਸੌਖਾ ਸਵਾਲ ਆ ਤੁਸੀਂ ਗਾਣਾ ਤਾਂ ਸਾਰਿਆਂ ਨੇ ਦੇਖ ਹੀ ਲਿਆ ਹੋਣਾ ਬਸ ਦੇਖੀ ਜਾਓ ਸ਼ੌਂਕਣ ਵੀ ਦੇਖੋ ਮੋਰਨੀਆਂ ਵੀ ਦੇਖੋ ਸੁਣੋ ਸੁਣੋ ਤੇ ਲੰਡਰਸ ਨੂੰ ਪਿਆਰ ਦਿਓ ਹੈ ਥੈਂਕ ਯੂ ਮੋਰਨੀ ਹੈ ਜ਼ਿਆਦਾ ਦੇਖੋ ਇਹੀ ਗਾਣਾ ਚਾਹਵਾਂ ਟਾਟਾ ਬਾਏ ਬਾਏ ਸਤਿ ਸ਼੍ਰੀ ਅਕਾਲ ਥੈਂਕ ਯੂ ਤੁਸੀਂ ਗੂੜੇ ਰੰਗ ਦੀ ਸ਼ਰਟ ਨਹੀਂ ਸੀ ਪਾ ਕੇ ਆ ਸਕਦੇ ਉਹ ਸੋਹਣੀ ਲੱਗ ਰਹੀ ਜਿਆਦਾ ਮੈਨੂੰ ਪਤਾ ਨਹੀਂ ਕਿਉਂ ਸਾਰੇ ਚ ਮੈਨੂੰ ਲੈ ਲੈ ਸਾਰਾ ਕੁਝ ਵਾਪਸ ਲੈ ਲੈ ਨਹੀਂ ਆ ਤਾਂ ਲੈ ਲੈ ਉਹ ਵੀ ਸੋਹਣੇ ਲੱਗ ਰਹੇ ਮੈਨੂੰ ਟਿੱਕੇ ਟਿੱਕੇ ਕਿਉਂ ਲੱਗ ਰਹੇ ਸੀਜ਼ਨ ਮੈਨੂੰ ਤਾਂ ਤੁਸੀਂ ਨਾ ਨਹੀਂ ਕਰਦਾ ਐਪੀਸੋਡ ਮੁੱਕ ਗਿਆ ਮੁੱਕ ਗਿਆ ਆਪਣਾ ਹੁਣ ਮੁੱਕ ਗਿਆ ਨਹੀਂ ਉਹ ਸੋਹਣੇ ਲੱਗ ਰਹੀ ਐਪੀਸੋਡ ਮੁੱਕ ਗਿਆ ਨਾ ਅਗਲੇ ਵਾਰੀ ਗੂੜੇ ਹਾਂ ਅਗਲੇ ਵਾਰੀ ਇਹ ਸੋਹਣਾ ਬਣ ਕੇ ਆਊਗਾ ਸੋਹਣਾ ਕੋਈ ਵੀ ਲੱਗਦਾ ਨਹੀਂ ਹੁੰਦਾ ਸੋਹਣਾ ਹੁੰਦਾ ਹਾਏ 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 ਇਹ ਕੀ ਬਾਤ ਹੈ ਇਹ ਵੀ ਸੀਰੀਅਸ ਹੁੰਦਾ ਹੈ